मेरे दीन दयाला सुख सागर मेरे गुरु गोपाला कर कृपा नानक गुण गावे है राखो शर्मे असाड़ी जी हो सतगुरु पातशाह दी साजी सवारी सत्संग जियो। पातशाह दे अदब विच आईए सत्कार सहित फतेह गजाइए जी। वाहिगुरु जी का खालसा वाहिगुरु जी की फतेह। अज सोमवार का दिन है। बाला प्रीतम तन तन श्री गुरु हरगोबिंद हर कृष्ण साहब पातशाह जी दी पावन बारगाह ये पावन दरबार ये चरण शो प्राप्त इतिहासिक स्थान आप हाजिर हुए हो। पूछिए मेरे पातशाह वारा बारे कोई कुछ कह रहा है कोई कुछ दसदा है। हुक्म करो असी की करिए। लड़ी वार विचार कर रहे हाँ। बाणी है साहिब श्री गुरु अमरदास जी की उच्चारण की हुई हेठ ग्रंथी साहब गुरद्वारा बंगला साहब महान विद्वान हैं ज्ञानी बलदेव सिंह जी। उन्होंने आपनों श्रवण करवाया है मूल पाठ विचार आरंभ करिए। सतगुरां ने जिमें 52 अखरी विच एक एक अखर नाल उन्होंने माध्यम बना के अगे उपदेश किया है। इत्थे सोमवार तो शब्द लिया नाल मिलदा जुलदा सच। सोमवार भी सस्से तो शुरू होंदा और सच भी सस्से तो शुरू होंदा। सोमवार की करना है साहब कहिंदे ने सोमवार विच करन वाला कम एक है कि सच विच कोई लीन होया रहे। सच है परमात्मा आदि सच जुगादि सच है भी सच नानक होसी भी सच। सत्सा सत 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 सौ सत पुरख ते भिन्न न को आप सत किया सब सत तिस प्रभ ते सगली उत्पत। उस सच दे बारे कुछ आख्या तो जाता नहीं कि किड्डा कु वड्डा उस सच की है। वो मिलदा किन्ने क मुल नाल है सब कहिंदे ने नहीं तिस की कीमत कही ना जाए। बहुत लोगों ने समाधियां ला ला के सुरतां जोड़ जोड़ के बैठ के यतन किया कि वेखिए रब किन्ना को है। जिमें कहा सब सुरतें मिल सुरत कमाई सब कीमत मिल कीमत पाई ज्ञानी ध्यानी गुर गुर हाई कह ना जाए तेरी तिल वड्याई। केते अख है आखन पाहे केते कह कह उठ उठ जाए। वैसे जिन्ने वक्त आए संसार विच आए धार्मिक स्थानां ते आए हर एक ने यतन किया कि सब कुछ ही कह जावां कुछ भी बाकी ना छड्डां सब कुछ ही कह जावां रब पूरा ही कह जावां। पर आख्या तो किसी कोलों भी नहीं किया। कहन वाले उठ के चले गए उस नहीं आख्या गया। सदियों फिलासफी की तना तनी रही लेकिन खुदा की बात जहां थी वहां रही।
ਅੰਤ ਕੋ ਚਾਹਣ ਜੋ ਗਏ ਸੋ ਆਏ ਅੰਤ ਗਵਾਏ, ਗਵਾ ਕੇ ਆ ਗਏ। ਅੰਤ ਪਾਉਣਾ ਨਹੀਂ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮਨ। ਉਸਦੇ ਮਨ ਵਿੱਚ ਕੀ ਹੈ? ਸਾਨੂੰ ਅੰਤ ਨਹੀਂ ਆ ਸਕਦਾ। ਮੱਛੀ ਸਾਗਰ ਦਾ ਅੰਤ ਪਾਏਗੀ ਤੇ ਕੀ ਪਾਏਗੀ? ਜੇ ਪਾ ਵੀ ਲਵੇ, ਮੰਨ ਲਓ ਕਿਨਾਰੇ ਤੋਂ ਬਾਹਰ ਆ ਜਾਏ ਤੇ ਕੀ ਹੋਵੇਗਾ? ਮਰ ਜਾਏਗੀ। ਅਸੀਂ ਅੰਤ ਪਾਉਣ ਦੀ ਗੱਲ ਨਹੀਂ ਕਰਨੀ, ਲੀਨ ਹੋਣਾ ਹੈ ਤੇ ਉਸ ਦੇ ਵਿੱਚ ਜਿਉਣਾ ਹੈ। ਜਿਨ੍ਹਾਂ ਨੂੰ ਅਸੀਂ ਜਿਉਣਾ ਸੀ ਉਹਨਾਂ ਗੱਲਾਂ ਬਾਰੇ ਅਸੀਂ ਕੇਵਲ ਵਿਚਾਰ ਕੀਤਾ, ਪ੍ਰਸ਼ਾਦਾ ਛਕ ਲਓ, ਵਿਚਾਰਨ ਦੀ ਲੋੜ ਨਹੀਂ, ਵਿਚਾਰਨ ਨਾਲ ਭੁੱਖ ਨਹੀਂ ਮੁੱਕੇਗੀ। ਪਾਣੀ ਬਾਰੇ ਵਿਚਾਰ ਹੀ ਕਰਦਾ ਰਹਾਂ, ਨਹੀਂ ਪੀ ਲਵਾਂ ਪਿਆਸ ਬੁੱਝ ਜਾਏਗੀ। ਸਤਿਗੁਰਾਂ ਕਿਹਾ ਨਾਮ ਤੇ ਐਸਾ ਹੈ, ਨਿਰੀਆਂ ਵਿਚਾਰਾਂ ਨਾ ਕਰਦਾ ਰਹੋ। ਜੇ ਕੋ ਖਾਵੈ ਜੇ ਕੋ ਪੁੰਚੈ ਤਿਸਕਾ ਹੋਏ ਉਧਾਰੋ। ਇਹ ਤੇ ਕੋਈ ਛਕ ਲਵੇ ਤੇ ਪਚਾ ਲਵੇ, ਉਸਦਾ ਨਿਸਤਾਰਾ ਹੋਵੇਗਾ, ਉਸਦਾ ਉਧਾਰ ਹੋਵੇਗਾ। ਸੋਮਵਾਰ ਸੱਚ ਰਹਿ ਸਮਾਏ, ਤਿਸਕੀ ਕੀਮਤ ਕਹੀ ਨਾ ਜਾਏ। ਉਸਦੀ ਕੀਮਤ ਕਿਵੇਂ ਹੋਵੇ? ਏਵਡ ਉੱਚਾ ਹੋਵੇ ਕੋਏ, ਤਿਸ ਉੱਚੇ ਕਹੋ ਜਾਣੈ ਸੋਏ। ਬਹੁਤ ਬਹੁਤ ਗਿਆਨਵਾਨ ਆਏ ਜਿਨ੍ਹਾਂ ਨੇ ਇੱਥੇ ਦਾਅਵਾ ਕੀਤਾ ਮੈਂ ਸਭ ਕੁਛ ਹੀ ਜਾਣਦਾ ਹਾਂ। ਉਹਨਾਂ ਕਮਲਿਆਂ ਨੂੰ ਇਹ ਪਤਾ ਨਾ ਲੱਗਾ ਤੂੰ ਕਿੰਨਾ ਕੁ ਹੈ, ਤੇਰਾ ਹੱਥ ਬਹੁਤ ਛੋਟਾ ਹੈ, ਤੇਰੇ ਹੱਥ ਵਿੱਚ ਤਾਂ ਤੂੰ ਵੀ ਨਹੀਂ ਆ ਸਕਦਾ। ਮੈਂ ਹੁਣ ਯਤਨ ਕਰਾਂ, ਆਪਣੇ ਆਪ ਨੂੰ ਮੁੱਠ ਦੇ ਵਿੱਚ ਬੰਦ ਕਰ ਲਵਾਂ, ਕਿਵੇਂ ਕਰਾਂਗਾ? ਬੰਦੇ ਤੇਰਾ ਹੱਥ ਬਹੁਤ ਛੋਟਾ ਹੈ, ਇਸ ਵਿੱਚ ਰੱਬ ਨਹੀਂ ਆ ਸਕਦਾ। ਤੇਰੀਆਂ ਅੱਖਾਂ ਦੀ ਸੀਮਾ ਹੈ, ਰੱਬ ਇਹਨਾਂ ਨਾਲ ਨਹੀਂ ਵੇਖਿਆ ਜਾਣਾ। ਬੇਅੰਤ ਹੈ, ਉਸਨੂੰ ਕਿਹਾ ਬੇਅੰਤ ਹੈ, ਉਹ ਤਾਂ ਕੋਈ ਅੰਤ ਨਹੀਂ। ਤੂੰ ਬੇਅੰਤ ਕੋ ਵਿਰਲਾ ਜਾਣਾ। ਸਵਾਲ ਇਹ ਹੈ ਕਿ ਉਸ ਨਾਲ ਸਾਂਝ ਕਿਵੇਂ ਬਣੇ? ਆਓ ਸੰਤ ਪਿਆਰੇ ਹੋ, ਆਓ ਪਿਆਰੇ ਸੰਤ ਜਨੋ ਕਰਨ ਵਾਲਾ ਕੰਮ ਕਰੀਏ। ਗੁਰੂ ਅਮਰਦਾਸ ਜੀ ਫੁਰਮਾ ਰਹੇ ਨੇ ਅਕਥ ਕੀ ਕਰਹ ਕਹਾਣੀ, ਅਕਥ ਦੀ ਕਥਾ ਕਰੀਏ। ਅਕਥ ਕਥਨ ਵਿੱਚ ਹੀ ਨਹੀਂ ਆਉਂਦਾ ਤੇ ਕੀ ਕਰੀਏ? ਕਰਾਂ ਕਹਾਣੀ ਅਕਥ ਕੇਰੀ, ਕਰਨ ਵਾਲਾ ਕੰਮ ਕਰੀਏ। ਕਿਤ ਦੁਆਰੇ ਪਾਈਐ, ਅੱਗੋਂ ਉੱਤਰ ਦਿੱਤਾ ਤਨ ਮਨ ਧਨ ਸਭ ਸੌਂਪ ਗੁਰ ਕਹੋ, ਹੁਕਮ ਮੰਨਿਆ ਪਾਈਐ। ਤਨ ਮਨ ਧਨ ਗੁਰੂ ਨੂੰ ਸੌਂਪ ਦਈਏ, ਰਜ਼ਾ ਵਿੱਚ ਆ ਜਾਈਏ, ਪਾਣੇ ਵਿੱਚ ਆ ਜਾਈਏ। ਕੀਮਤ ਪਾਏ ਨਾ ਕਹਿਆ ਜਾਏ, ਹਾਂ ਕਰਨ ਵਾਲਾ ਇੱਕ ਕੰਮ ਹੈ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਜਿਨ੍ਹਾਂ ਨੇ ਆਖਿਆ, ਕਬੀਰ ਸਾਹਿਬ ਨੇ ਕਿਹਾ ਹੈ ਤੇ ਗੂੰਗੇ ਕਾ ਗੁੜ ਹੈ, ਗੂੰਗੇ ਨੇ ਮਿੱਠਾ ਖਾ ਲਿਆ, ਹੁਣ ਦੱਸੇ ਕੀ ਮੁਸਕਰਾ ਦਿੰਦਾ? ਉਹ ਕਹਿੰਦੇ ਨੇ ਹਾਂ ਲੀਨ ਹੋ ਜਾਗੇ ਹੋ ਸਕਦੇ ਹਾਂ ਉਸ ਦੇ ਵਿੱਚ। ਕਹੋ ਕਬੀਰ ਗੂੰਗੇ ਗੁੜ ਖਾਇਆ, ਪੂਛੇ ਤੇ ਕਿਆ ਕਹੀਏ। ਉਸ ਦੇ ਬਾਰੇ ਕਿਹਾ ਤੇ ਕੁਛ ਨਹੀਂ ਜਾਂਦਾ, ਹਾਂ ਲੀਨ ਹੋਇਆ ਜਾ ਸਕਦਾ। ਅਬ ਤੋਂ ਜਾਏ ਚੜੇ ਸਿੰਘਾਸਨ, ਮਿਲ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੇ ਪਛਾਣ। ਪਰ ਸਾਡਾ ਤੇ ਆਨੰਦ ਹੀ ਹੈ ਕਿ ਇਹ ਪਤਾ ਲੱਗੇ ਕਿੰਨਾ ਕੁ ਹੈ ਸਾਡੇ ਗਿਆਨ ਦੇ ਕਬਜ਼ੇ ਵਿੱਚ। ਜਿਹੜੀ ਗੱਲ ਆ ਜਾਏ ਉਹ ਸਾਨੂੰ ਚੰਗੀ ਲੱਗਦੀ ਹੈ, ਬੁੱਧ ਦੀ ਪਕੜ ਵਿੱਚ ਆ ਜਾਏ। ਅਸੀਂ ਗਿਣਨਾ ਚਾਹੁੰਦੇ ਹਾਂ, ਤਿੰਨ ਕੰਮ ਅਸੀਂ ਕਰਦੇ ਹਾਂ, ਜਾਂ ਤਾਂ ਕੁਛ ਗਿਣਦੇ ਹਾਂ, ਮਿਣਦੇ ਹਾਂ ਅਤੇ ਜਾਂ ਤੋਲਦੇ ਹਾਂ। ਹੁਣ ਨਾ ਤਾਂ ਉਹ ਗਿਣਿਆ ਜਾਂਦਾ ਅਤੇ ਨਾ ਉਹ ਮਿਣਿਆ ਜਾਂਦਾ, ਨਾ ਉਹ ਤੋਲਿਆ ਜਾਂਦਾ। ਤੂੰ ਅਤੁੱਲ ਕਿਉਂ ਤੋਲਿਆ ਜਾਏ? ਉਹ ਅਤੁੱਲ ਹੈ, ਉਸ ਦੇ ਵਿੱਚ ਜੀਣਾ ਸਿੱਖੀਏ। ਆਖਿਆ ਕਰੇ ਸਭ ਲਿਵ ਲਾਏ, ਇੱਕ ਰਸ ਵਿਰਤੀ ਜੋੜ ਕੇ ਲਿਵ ਲਾ ਕੇ
ਸਾਰੇ ਆਖਰੇ ਜਿਸ ਦੇਵੈ ਤਿਸ ਪੱਲੇ ਪਾਏ। ਪਰ ਇਹ ਰਸ ਜਿਹੜਾ ਹੈ ਉਸੇ ਨੂੰ ਆਉਂਦਾ, ਉਸਦੇ ਪੱਲੇ ਪੈਂਦਾ ਜਿਸ ਨੂੰ ਕਿਰਪਾ ਕਰਕੇ ਉਹ ਦੇਵੇ। ਸਾਧਨਾ ਕਰਨ ਵਾਲੇ ਤਾਂ ਬਹੁਤ ਨੇ। ਸੋਮਵਾਰ ਦੇ ਸੰਬੰਧ ਵਿੱਚ ਕਬੀਰ ਸਾਹਿਬ ਜੀ ਨੇ ਵੀ ਇੱਕ ਬਚਨ ਲਿਖਿਆ, ਮੈਂ ਤੁਹਾਨੂੰ ਸੁਣਾ ਦਿਆਂ। ਉਹਨਾਂ ਦੀ ਬਾਣੀ ਹੈ ਗੌੜੀ ਰਾਗ ਵਿੱਚ, ਉਹ ਕਹਿੰਦੇ ਨੇ ਸੋਮਵਾਰ ਸੱਸੇ ਅੰਮ੍ਰਿਤ ਝਰਿਆ। ਬਹੁਤ ਸੱਜਣਾਂ ਨੇ ਯੋਗੇ ਵਾਲੇ ਪਾਸੇ ਲਿਜਾ ਕੇ ਇਸ ਦੇ ਅਰਥ ਕੀਤੇ। ਉਹ ਕੀ ਹੈ ਮੈਂ ਥੋੜ੍ਹੀ ਵਾਕਫੀ ਤੁਹਾਨੂੰ ਦੇ ਦੇਵਾਂ। ਬਹੁਤ ਸਾਰੇ ਸਿੱਖ ਬਾਣੇ ਵਿੱਚ ਵੀ ਵੀਰ ਇਸ ਪਾਸੇ ਅੱਜ ਵੀ ਲੱਗੇ ਹੋਏ ਨੇ, ਸਮਝਿਆ ਨਹੀਂ ਕਿ ਗੁਰਮਤਿ ਸਿਧਾਂਤ ਕੀ ਹੈ। ਇਹ ਹੈ ਸਿਫਤ ਸਲਾਹ ਦਾ ਧਰਮ, ਇਹ ਹੈ ਕੀਰਤਨ ਦਾ ਧਰਮ, ਇਹ ਹੈ ਨਾਨਕ ਮਨ ਸਮਝ ਆਈਏ ਗੁਰ ਕੈ ਸ਼ਬਦ ਸਲਾਹ। ਯੋਗਾ ਕੀ ਹੈ ਇਹਨੂੰ ਸਮਝਣ ਦਾ ਯਤਨ ਕਰੀਏ। ਯੋਗੇ ਦੇ 8 ਅੰਗ ਨੇ। ਪਹਿਲਾ ਹੈ ਯਮ ਨਿਯਮ, ਆਸਨ ਪ੍ਰਾਣਾਯਾਮ ਪ੍ਰਤਿਆਹਾਰ ਧਾਰਨਾ ਧਿਆਨ ਸਮਾਧੀ। 8 ਅੰਗ ਯੋਗੇ ਦੇ ਕਹੇ ਨੇ। ਕੁਛ ਪਾਬੰਦੀਆਂ ਲਾਈਆਂ ਨੇ ਆਪਣੇ ਆਪ 'ਤੇ, ਜਦੋਂ ਮੈਂ ਇਕੱਲਾ ਵੀ ਹੋਵਾਂ ਤਾਂ ਮੈਂ ਗਲਤ ਕੰਮ ਨਹੀਂ ਕਰਨੇ। ਕੁਛ ਨੇ ਦੂਸਰਿਆਂ ਨਾਲ ਵਰਤਾਂ ਅਤੇ ਕੀ ਕਰਨਾ ਕੀ ਨਹੀਂ ਕਰਨਾ। ਯਮ ਨਿਯਮ ਨੇ ਵੀ ਬਣਾਏ ਨੇਮ ਬਹੁਤ ਲੰਬੇ ਚੌੜੇ। ਆਸਣ ਆਸਣ ਜਿਹੜੇ ਸਨ, ਤੁਸੀਂ ਹੈਰਾਨ ਹੋਵੋਗੇ ਸੁਣ ਕੇ, ਕਿਸੇ ਸਾਧੂ ਸੰਤ ਕੋਲੋਂ ਨਹੀਂ ਸਿੱਖੇ, ਪਹਿਲਿਆਂ ਨੇ ਪਸ਼ੂਆਂ ਪੰਖੀਆਂ ਕੋਲੋਂ ਸਿੱਖੇ, ਜਾਨਵਰਾਂ ਕੋਲੋਂ। 84 ਜਾਨਵਰਾਂ ਦੇ ਆਸਣ ਜਿਹੜੇ ਸਨ ਉਹ ਲੈ ਲੈ। ਸਾਧੂ ਬੈਠਾ ਕਿਵੇਂ, ਜਿਵੇਂ ਗਾਂ ਬੈਠੀ ਹੈ, ਉਹਨੂੰ ਕਿਹਾ ਗਊ ਆਸਣ। ਉਹ ਬੈਠਾ ਇੰਜ ਜਿਵੇਂ ਬਾਂਦਰ ਬੈਠਾ, ਉਹਨੂੰ ਕਿਹਾ ਮਰਕਟ ਆਸਣ। ਮੇਂਢਕ ਆਸਣ ਜਿਵੇਂ ਡੱਡੂ ਬੈਠਦਾ, ਇੰਜ ਬੈਠ ਜਾਣਾ। ਇਹ 84 ਆਸਣ ਤਾਂ ਕਿਸੇ ਨੂੰ ਅੱਜ ਯਾਦ ਨਹੀਂ, ਕਹਿੰਦੇ ਨੇ 16-17 ਰਹਿ ਗਏ ਆਸਣ ਕਰਨੇ। ਪ੍ਰਾਣਾਯਾਮ ਸਵਾਸਾ ਇੰਜ ਕਰਦੇ ਨੇ ਨਾ, ਅੱਜ ਵੀ ਵੇਖਿਆ ਪ੍ਰਾਣਾਯਾਮ ਵਾਲੇ ਕਈ ਵੀਰ ਸਾਡੇ ਵੀ। ਵਾਹਿਗੁਰੂ ਜਪਣ ਦਾ ਢੰਗ ਇਹ ਹੈ, ਜਿਵੇਂ ਅਰਦਾਸੀਆ ਕਹਿੰਦਾ ਹੈ ਨਾ, ਬੋਲੋ ਜੀ ਵਾਹਿਗੁਰੂ। ਸਾਡਾ ਵਾਹਿਗੁਰੂ ਪ੍ਰਾਣਾਯਾਮ ਨਾ ਬਣ ਜਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਉਹ ਸਵਾਸਾਂ ਦੀ ਹਰਕਤ ਜਿਹੜੀ ਨਾਲ ਹੈ, ਕਈ ਵਾਰੀ ਐਸਾ ਹੁੰਦਾ ਵਾਹਿਗੁਰੂ ਦਾ ਰਸ ਚਲਾ ਜਾਏਗਾ, ਉਸ ਦੇ ਨਾਲ ਖਿਝ ਆ ਜਾਏਗੀ। ਪ੍ਰਾਣਾਯਾਮੀ ਤਾਂ ਮੈਂ ਖਿਜੇ ਵੇਖੇ ਨੇ, ਛੋਟੀ ਛੋਟੀ ਗੱਲ ਤੋਂ ਬਹੁਤ ਜ਼ਿਆਦਾ ਗੁੱਸਾ ਕਰਦੇ ਨੇ। ਇੱਕ ਰਸ ਬਣਿਆ ਰਹੇ ਸਾਹਿਬ ਕਹਿੰਦੇ ਨੇ। ਹੁਣ ਪ੍ਰਾਣਾਯਾਮ ਅੱਗੇ ਪ੍ਰਾਣਾਯਾਮ ਪ੍ਰਤਿਆਹਾਰ, ਪਰਾਈ ਵਸਤੂ ਵੱਲ ਵੇਖਣਾ ਵੀ ਨਾ, ਧਾਰਨਾ ਚੰਗੀ ਧਾਰਨਾ ਹੋਣੀ, ਧਿਆਨ ਹੋਣਾ, ਸਮਾਧੀ ਨਿਰਵਿਕਲਪ ਸਮਾਧੀ ਹੋ ਜਾਣੀ। ਉਹਨਾਂ ਦਾ ਹੁਣ ਕਹਿਣਾ ਹੈ 10ਵੇਂ ਦੁਆਰ ਤੋਂ ਅੰਮ੍ਰਿਤ ਝਰਦਾ। 10ਵਾਂ ਦੁਆਰ ਉੱਪਰ ਹੈ ਅਤੇ ਇੱਥੋਂ ਅੰਮ੍ਰਿਤ ਝਰਦਾ, ਲੇਕਿਨ ਅੱਗੇ ਆ ਕੇ ਦੋ ਟਿਕਾਣੇ ਨੇ, ਇੱਕ ਸੂਰਜ ਹੈ ਇੱਕ ਚੰਦ ਹੈ, ਅਤੇ ਸੂਰਜ 'ਤੇ ਪੈ ਜਾਂਦਾ ਅਤੇ ਸੜ ਜਾਂਦਾ, ਕਿਸੇ ਕੰਮ ਨਹੀਂ ਆਉਂਦਾ। ਯੋਗੀ ਕੀ ਕਰਦਾ ਹੈ, ਜ਼ੁਬਾਨ ਲੰਬੀ ਕਰ ਲੈਂਦਾ, ਉਹ ਛੇਕ ਨੂੰ ਰੋਕਦਾ ਅਤੇ ਫਿਰ ਉਹ ਚੰਦਰਮਾ 'ਤੇ ਪੈਂਦਾ ਅਤੇ ਉਹ ਰਸ ਬਣਦਾ ਹੈ। ਕਬੀਰ ਸਾਹਿਬ ਜੀ ਨੇ ਜਿਹੜਾ ਬਚਨ ਕਿਹਾ ਉਹ ਮੁੱਢਲਾ ਬਚਨ ਧਿਆਨ ਵਾਲਾ। ਉਹ ਕਹਿੰਦੇ ਨੇ ਨਾ ਤਾਂ ਮੈਂ ਕੋਈ ਜ਼ੁਬਾਨ ਲੰਬੀ ਕੀਤੀ, ਨਾ ਕੋਈ ਇਹ ਛੇਕ ਰੋਕਿਆ, ਮੈਂ ਤਾਂ ਐਸਾ ਕੀਤਾ ਬਾਰ ਬਾਰ ਹਰ ਕੇ ਗੁਣ ਗਾਵੋ, ਗੁਰ ਗਾ ਭੇਦ ਸੋ ਹਰ ਕਾ ਪਾਵੋ। ਮੈਨੂੰ ਤਾਂ ਭੇਦ ਲੱਭਿਆ ਗੁਰੂ ਤੱਕ ਪਹੁੰਚ ਕੇ, ਮੈਂ ਤਾਂ ਵਾਰ ਵਾਰ ਉਸਦੇ ਗੁਣ ਗਾਏ। ਹੋਰ ਵੀ ਉਹਨਾਂ ਦੇ ਸ਼ਬਦ ਪੜ੍ਹੋ, ਉਹ ਇਹੀ ਗੱਲ ਕਹਿੰਦੇ ਨੇ। ਕਹਿੰਦੇ ਨੇ ਕਿ ਐਸੋ ਅਚਰਜ ਦੇਖਿਓ ਕਬੀਰ, ਦੱਦ ਕੈ ਭੋਲੇ ਬਰੋਲੇ ਨਹੀਂ। ਦਹੀਂ ਦੇ ਭੁਲੇਖੇ ਬੰਦਾ ਪਾਣੀ ਰਿੜਕ ਰਿਹਾ। ਦੱਦ ਕੈ ਭਰੋਲੇ ਬਰੋਲੇ ਨੀਰ, ਹਰੀ ਅੰਗੂਰੀ ਗਧਾ ਚਰੈ ਨਿਤ ਉੱਠ ਹਾਸਾ ਹੀਂਗੇ। ਮਨ ਦੀ ਅਵਸਥਾ ਗਧੇ ਵਰਗਾ, ਮਨ ਹੱਸਦਾ ਹੀਂਗਦਾ ਮਰ ਜਾਂਦਾ। ਮਾਤਾ ਬੈਂਸਾ ਜਾਂ ਮੋਹਾ ਜਾਏ,
ਮਸਤ ਸੰਡੇ ਵਾਂਗੂ ਮੋੜ ਹੋ ਕੇ ਜਾਂਦਾ, ਕੁਦ ਕੁਦ ਚਰੇ ਰਸਾ ਤਲ ਪਾਏ, ਕੁਦ ਦਾ ਹਰੀਆਂ ਗੋਰੀਆਂ ਚਰਦਾ, ਆਖਰ ਨਰਕਾਂ 'ਚ ਪੈਂਦਾ। ਕਹੋ ਕਬੀਰ ਪ੍ਰਗਟ ਭਈ ਫੇਡ, ਲੇਲੇ ਕੋ ਚੁੰਗੇ ਨਿਤ ਭੇਡ, ਲੇਲੇ ਨੂੰ ਭੇਡ ਚੁੰਗ ਰਹੀ ਭਾਵ, ਮਨ ਸੀ ਲੇਲਾ ਬੱਚਾ ਅਤੇ ਮਤ ਸੀ ਮਾਂ, ਮਤ ਮਨ ਦੇ ਮਗਰ ਤੁਰ ਪਈ। ਅਸੀਂ ਤਾਂ ਅਰਦਾਸ ਕਰਦੇ ਹਾਂ ਗੁਰਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਅਤੇ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਮਨ ਨੀਵਾਂ ਹੋਵੇ, ਨਿਮਰਤਾ 'ਚ ਹੋਵੇ, ਮਤ ਉੱਚੀ ਗੁਰੂ ਦੀ ਮਤ ਹੋਵੇ। ਉਹ ਕਹਿੰਦੇ ਨੇ ਲੇਲੇ ਕੋ ਚੁੰਗੇ ਨਿਤ ਭੇਡ, ਰਾਮ ਰਮਤ। ਹੁਣ ਵੇਖੋ, ਇੱਥੇ ਇਹ ਨਹੀਂ ਕਿਹਾ ਮੈਂ ਕੋਈ ਆਸਣ ਕੀਤਾ ਸਮਝ ਆਈ, ਮੈਂ ਪੁੱਠਾ ਲਟਕਿਆ, ਮੈਂ ਕੋਈ ਤਪ ਕੀਤਾ, ਮੈਂ ਕੋਈ ਕਿਹੜੀ ਸਮਾਧੀ ਲਾਈ। ਉਹ ਕਹਿੰਦੇ ਨੇ ਰਾਮ ਰਮਤ ਮਤ ਪ੍ਰਗਟੀ ਆਈ, ਕਹੋ ਕਬੀਰ ਗੁਰ ਸੋ ਜੀ ਭਾਈ। ਪਰਮਾਤਮਾ ਨੂੰ ਸਿਮਰਦਿਆਂ ਇਹ ਸਾਰੀ ਦੀ ਸਾਰੀ ਸੋਝੀ ਆਈ ਹੈ। ਸਿਮਰਨ ਕੀਤਿਆਂ ਇੱਕ ਸ਼ਬਦ ਦੇ ਗੁਰੂ ਨਾਨਕ ਦੇਵ ਜੀ ਦਾ ਧਿਆਨ 'ਚ ਲਓ। ਉਹ ਕਹਿੰਦੇ ਨੇ ਤੇਰੇ ਅੰਦਰ ਤਪਸ਼ ਦਾ ਸਾਗਰ ਵੀ ਹੈ ਅਤੇ ਚੰਦਰਮਾ ਦਾ ਵੀ ਹੈ, ਸ਼ਾਂਤੀ ਵੀ ਹੈ। ਤੇਰੇ ਅੰਦਰ ਸ਼ਾਂਤੀ ਦਾ ਸਰਵੇ ਹੈ, ਇਹਨੂੰ ਭਰ, ਹੋਰ ਸ਼ਾਂਤੀ ਬਣਾ, ਨਾਮ ਜਪ ਕੇ ਵਿਕਾਰਾਂ ਦੀ ਤਪਸ਼ ਮੁਕਾ ਲੈ। ਮਾਰੂ ਰਾਗ ਵਿੱਚ ਇਹ ਸ਼ਬਦ ਹੈ। ਸੂਰ ਸਰ ਸੋਸ ਲੈ, ਸੋਮ ਸਰ ਪੋਖ ਲੈ, ਜੁਗਤ ਕਰ ਮਰਤ ਸੋ ਸੰਬੰਧ ਕੀ ਜੈ, ਮੀਨ ਕੀ ਚੱਪਲ ਸਿਓ। ਜਿਵੇਂ ਚੰਚਲ ਮੱਛੀ ਦਾ ਸੁਭਾਵ ਹੈ, ਮੀਨ ਕੀ ਇਹ ਮਨ ਦੀ ਹਾਲਤ ਹੈ। ਮੱਛੀ ਟਿੱਕੇ ਵੇਖਣਾ ਕਦੀ, ਕਿਤੇ ਟਿੱਕੇ ਨਹੀਂ ਮਿਲੇਗੀ, ਇੱਧਰ ਉੱਧਰ ਤੁਰੀ ਫਿਰਦੀ ਪਾਣੀ ਵਿੱਚ। ਮੀਨ ਕੀ ਚੱਪਲ ਸਿਓ, ਜੁਗਤ ਮਨ ਰੱਖੀ ਹੈ, ਉੱਡੇ ਨਾ ਹੰਸ ਨਹਿ ਕੰਧ ਛੀਜੈ। ਮੂੜੇ ਕਾਹੇ 'ਚ ਭਰਮ ਭੁੱਲਾ, ਨਹਿ ਚੀਨਿਆ ਪਰਮਾਨੰਦ ਭਰਾ ਕੇ, ਅਜਰ ਗਏ ਜਾਰ ਲੈ, ਅਮਰ ਗਏ ਮਾਰ ਲੈ, ਪ੍ਰਾਂਤੀ ਤਜ ਛੋੜ ਤੋਂ ਅੰਮ੍ਰਿਤ ਪੀ ਜਾ। ਮੀਨ ਕੀ ਚੱਪਲ ਸਿਉ, ਜੁਗਤ ਮਨ ਰੱਖੀ ਹੈ, ਉੱਡੇ ਨਾ ਹੰਸ ਨਹਿ ਕੰਧ ਛੀਜ। ਪੰਡਤ ਨਾਨਕ ਜਨੂ ਜੇ ਰਵੈ ਹਰ ਮਨੋ, ਮਨ ਪਵਣ ਸਿਉ ਅੰਮ੍ਰਿਤ ਪੀ ਜਾ। ਉਹ ਸਵਾਸ ਸਵਾਸ ਨਾਲ ਇਹ ਅੰਮ੍ਰਿਤ ਪੀ ਰਿਹਾ। ਮੀਨ ਕੀ ਚੱਪਲ ਸਿਉ, ਜੁਗਤ ਮਨ ਰੱਖੀ ਹੈ, ਉੱਡੇ ਨਾ ਹੰਸ ਨਹਿ ਕੰਧ ਛੀਜ। ਮਾਰੂ ਰਾਗ ਵਿੱਚ ਹੀ ਇੱਕ ਸ਼ਬਦ ਹੈ ਭਗਤ ਜੈਦੇਵ ਜੀ ਦਾ। ਉਹ ਕਹਿੰਦੇ ਨੇ ਮਨ ਆਦਿ ਗੁਣ ਆਦਿ ਵਿਖਾਣਿਆ, ਤੇਰੀ ਦੁਬਦਾ ਦੁਸ਼ ਸਮਾਨਿਆ, ਮੈਂ ਤੇ ਕੰਮ ਕੀਤਾ। ਆਰਾਧਨ ਯੋਗ ਇੱਕ ਹੈ ਪਰਮਾਤਮਾ, ਉਹਨੂੰ ਮੈਂ ਆਰਾਧਿਆ। ਸ਼ਰਧਾ ਰੱਖਣ ਯੋਗ ਤੇ ਸ਼ਰਧਾ ਰੱਖੇ, ਅਰਧ ਕੋ ਵਰਦਿਆ, ਸਰਧ ਕੋ ਸਰਦਿਆ, ਸਲਲ ਕੋ ਸਲਲ ਸਮਾਨ ਆਇਆ। ਮੇਰਾ ਮੇਲ ਇੰਜ ਹੋ ਗਿਆ ਜਿਵੇਂ ਪਾਣੀ ਵਿੱਚ ਪਾਣੀ ਮਿਲ ਜਾਂਦਾ। ਮੈਂ ਤੇ ਰੱਬ ਦੀ ਸਿਫਤ ਸਲਾਹ ਕੀਤੀ। ਰੱਬ ਦੀ ਸਿਫਤ ਸਲਾਹ ਕਰਨ ਵਾਲੇ ਕਹਿੰਦੇ ਨੇ ਸੋਮਵਾਰ ਸੱਸੇ ਅੰਮ੍ਰਿਤ ਚਾਰਾ। ਮੇਰੇ ਅੰਦਰ ਸੱਸ ਚੰਦਰਮਾ ਕਿਹੜਾ ਹੈ? ਵੈਸੇ ਸੋਮਵਾਰ ਜਿਹੜਾ ਚੰਦਰਮਾ ਦਾ ਵਾਰ, ਕੱਲ੍ਹ ਬੇਨਤੀ ਕੀਤੀ ਸੀ। ਐਤਵਾਰ ਜਿਹੜਾ ਸੂਰਜ ਦਾ ਵਾਰ ਹੈ, ਦਿੱਤਾ ਨਾਮ ਹੈ ਸੂਰਜ ਦਾ। ਸੰਨ ਦਾ ਅਰਥ ਹੈ ਸੂਰਜ, ਅਤੇ ਸੰਨ ਤੋਂ ਸੰਡੇ, ਅੰਗਰੇਜ਼ੀ ਵਾਰ ਵੀ ਜਿਹੜਾ ਸੰਨ ਸੂਰਜ ਤੋਂ, ਸਾਡਾ ਵੀ ਆਦਿੱਤ ਐਤਵਾਰ ਸੂਰਜ ਤੋਂ। ਔਰ ਸੋਮ ਦਾ ਅਰਥ ਕੀ ਹੈ? ਚੰਦਰਮਾ। ਔਰ ਮੂਨ ਦਾ ਅਰਥ ਕੀ ਹੈ? ਚੰਦਰਮਾ। ਮੰਡੇ, ਉਹ ਵੀ ਚੰਦਰਮਾ ਤੋਂ। ਇੱਥੇ ਸੋਮਵਾਰ ਜਿਹੜਾ ਹੈ ਇਹ ਸੋਮ ਤੋਂ। ਇੱਥੇ ਇਹਨਾਂ ਨੇ ਕਿਹਾ ਸੋਮਵਾਰ ਸੱਸੇ ਅੰਮ੍ਰਿਤ ਚਰੇ, ਸਾਡੇ ਲਈ ਅੰਦਰ ਦਾ ਉਹ ਚੰਦਰਮਾ ਕਿਹੜਾ? ਗੁਰੂ ਦਾ ਸ਼ਬਦ, ਗੁਰੂ ਦਾ ਗਿਆਨ, ਇਸ ਤੋਂ ਅੰਮ੍ਰਿਤ ਚਰਦਾ। ਧਿਆਨ ਨਾਲ ਵੇਖਣਾ, ਬਾਣੀ ਜਦੋਂ ਕੋਈ ਵਿਚਾਰਦਾ, ਬਾਣੀ ਸੁਣਦਾ ਅਤੇ ਅੰਮ੍ਰਿਤ ਚਰਦਾ। ਬਾਣੀ ਵਿੱਚ ਸਪਸ਼ਟ ਕਿਹਾ ਚਿਮ ਚਿਮ ਵਰਸਾ। ਸਿਰਫ ਇਹ ਅਸੀਂ ਸਾਂਭ ਨਹੀਂ ਸਕਦੇ, ਚਰਦਾ ਤਾਂ ਹੈ, ਅੱਠੇ ਪੈਰ ਹੀ ਚਰਦਾ, ਲੇਕਿਨ ਭਾਂਡਾ ਉਲਟਾ ਹੋਵੇ ਤਾਂ ਖਾਲੀ ਰਹਿ ਜਾਂਦਾ, ਸਿੱਧਾ ਹੋਵੇਗਾ ਤਾਂ ਭਰ ਜਾਏਗਾ। ਉਹਦੀ ਕਿਰਪਾ ਤਾਂ ਬਰਸ ਰਹੀ ਹੈ। ਭਾਂਡਾ ਉਲਟਾ ਕਿਵੇਂ? ਇੱਕ 5 ਸਾਲ ਦੇ ਬੱਚੇ ਨੂੰ ਪੁੱਛੋ ਨਾ, ਬੇਟਾ ਵੇਖ ਕੇ ਆ ਵਿਹੜੇ 'ਚ ਭਾਂਡਾ ਸਿੱਧਾ ਕਿ ਉਲਟਾ, ਅਤੇ ਉਹ ਆਖੇਗਾ ਜੀ ਹਾਂ ਸਿੱਧਾ ਜਾਂ ਮੂਧਾ।
ਪਰ ਸਾਨੂੰ ਪਤਾ ਕਿਵੇਂ ਲੱਗੇ ਹਿਰਦਾ ਸਿੱਧਾ ਹੈ ਕਿ ਉਲਟਾ? ਸਤਿਗੁਰਾਂ ਨੇ ਪ੍ਰਬੰਧ ਕੀਤਾ। ਉਹ ਕਹਿੰਦੇ ਨੇ ਜੇ ਤੇਰੇ ਅੰਦਰ ਸ਼ੱਕ ਹੈ ਤੇ ਤੇਰਾ ਭਾਂਡਾ ਉਲਟਾ। ਸ਼ੱਕ ਵਾਲਾ ਬੰਦਾ ਹਰ ਗੱਲ ਨੂੰ ਕੰਡਮ ਕਰੀ ਜਾਏਗਾ, ਆਖੇਗਾ ਵੀ ਗਲਤ ਹੈ, ਇਹ ਵੀ ਗਲਤ ਹੈ, ਇਹ ਵੀ ਗਲਤ ਹੈ, ਉਸਨੇ ਮੰਨਣਾ ਹੀ ਕੁਛ ਨਹੀਂ, ਭਾਂਡਾ ਉਲਟਾ। ਸ਼ੱਕ ਵਾਲਿਆਂ ਬੰਦਿਆਂ ਕੋਲੋਂ ਤੇ ਗੁਰੂ ਨਾਨਕ ਦੇਵ ਗੁਜ਼ਰ ਗਏ, ਉਹਨਾਂ ਪਤਾ ਕੀ ਕਿਹਾ ਸੁਣਾਉਂਦੇ, ਉਹਨਾਂ ਨੂੰ ਵੀ ਬਾਣੀ ਸਨ। ਜਿਹੜੀ ਬਾਣੀ ਤੁਸੀਂ ਅੱਜ ਸੁਣਦੇ ਹੋ ਗੁਰੂ ਨਾਨਕ ਦੇਵ ਉਹ ਸੁਣਾਉਂਦੇ ਸਨ, ਪਰ ਸ਼ੱਕ ਵਾਲਿਆਂ ਪਤਾ ਕੀ ਕਿਹਾ? ਮਰਦਾਨੇ ਵਰਗਾ ਰਬਾਬੀ, ਰਬਾਬ ਵਜਾਉਣ ਵਾਲਾ, ਕੀਰਤਨ ਕਰਨ ਵਾਲਾ, ਨਾ ਨਹੀਂ ਜੀ ਇਹ ਤੇ ਭੂਤਨਾ, ਇਹ ਤੇ ਬਤਾਲਾ, ਇਹ ਤੇ ਸਾਧਾਰਨ ਬੰਦਾ। ਕੋਈ ਆਖੇ ਭੂਤਨਾ, ਕੋ ਕਹੇ ਬਤਾਲਾ, ਕੋਈ ਆਖੇ ਆਦਮੀ, ਨਾਨਕ ਵਿਚਾਰਾ ਭਇਆ ਦੀਵਾਨਾ, ਸ਼ਾਹਕਾਰ ਨਾਨਕ ਬਹੁਰਾਨਾ, ਹਉ ਹਰ ਬਿਨ ਅਵਰ ਨਾ ਜਾਣਾ। ਸਤ ਪੁਰਸ਼ ਬੋਲਦੇ ਰਹੇ, ਭਾਂਡਾ ਉਲਟਾ ਸੀ, ਸ਼ੱਕ ਸੀ, ਉਹਦੇ ਭਾਂਡੇ ਕਿਸ਼ਨਾ ਸਮਾਵੈ, ਸਿੱਧੇ ਅੰਮ੍ਰਿਤ ਪਰੇ ਨਿਹਾ, ਸਿੱਧਾ ਹੋਵੇ ਤੇ ਅੰਮ੍ਰਿਤ ਪੈਂਦਾ, ਚਿਮ ਚਿਮ ਵਰਸੈ ਅੰਮ੍ਰਿਤ ਤਾਰਾ। ਇਹ ਹੁਣ ਪੈਂਦਾ ਕਿੱਥੇ ਹੈ? ਯੋਗੇ ਵਾਲਿਆਂ ਤੇ ਕੁਛ ਹੋਰ ਕਿਹਾ, ਪੈਂਦਾ ਸੂਰਜ ਤੇ ਉਹ ਸੜ ਜਾਂਦਾ, ਇੱਥੇ ਕਿਹਾ ਮਨ ਪੀਵੇ ਸੁਣ ਸ਼ਬਦ ਵਿਚਾਰਾ। ਬਚਨ ਕਬੀਰ ਸਾਹਿਬ ਜੀ ਦਾ, ਕਬੀਰ ਨਿਰਮਲ ਬੂੰਦ ਆਕਾਸ਼ ਕੇ ਪਰ ਗਈ ਭੂਮ ਬੇਕਾਰ, ਬਿਨ ਸੰਗਤ ਤਿਉ ਮਾਨੀ ਹੋਏ ਗਈ ਪਟਸ਼ਾਰ। ਕਬੀਰ ਨਿਰਮਲ ਬੂੰਦ ਆਕਾਸ਼ ਕੇ ਲੀਨੀ ਭੂਮ ਮਲਾਏ, ਪਰ ਜੇ ਜ਼ਮੀਨ ਚੰਗੀ ਰਚ ਜਾਏ, ਅਨਕ ਸਿਆਣੇ ਭਜ ਗਏ ਨਾ ਨਿਰਵਾਰੇ ਜਾਏ, ਛਿਮ ਛਿਮ ਬਰਸੈ ਅੰਮ੍ਰਿਤ ਧਾਰਾ। ਮਨ ਪੀਂਦਾ, ਮਨ ਛਕਦਾ, ਮਨ ਪੀਵੈ ਸੁਣ ਸ਼ਬਦ ਵਿਚਾਰ, ਸ਼ਬਦ ਵਿਚਾਰ ਸੁਣਦਾ। ਇੱਥੇ ਕਿਹਾ ਸੋਮਵਾਰ ਸੱਸ ਸਿਹਾਰੀ ਹੈ, ਇਹਦਾ ਅਰਥ ਹੈ ਤੂੰ ਚੰਦਰਮਾ ਤੋਂ, ਗੁਰੂ ਦੇ ਗਿਆਨ ਤੋਂ। ਹੋਰ ਇੱਕ ਪ੍ਰਮਾਣ ਦੇ ਦਿਆਂ ਤਾਂ ਕਿ ਸਪਸ਼ਟ ਹੋ ਜਾਏ, ਸਾਧੂ ਸੰਗ ਸਿਖਾਇਓ ਨਾ, ਆਸਾ ਮਹਿਲਾ ਪੰਜਵਾਂ। ਸਾਧੂ ਸੰਗ ਸਿਖਾਇਓ ਨਾਮ, ਸਰਮ ਮਨੋਰਥ ਪੂਰਨ ਕਾਮ, ਬੁਝ ਗਈ ਤ੍ਰਿਸ਼ਨਾ ਹਰ ਜਸੈ ਅਗਾਨੇ, ਜਪ ਜਪ ਵੀਆਂ ਸਾਰੰਗ ਪਾਨੇ, ਕਰਨ ਕਰਾਮਣ ਸ਼ਰਨ ਪਰਿਆ, ਗੁਰਪ੍ਰਸਾਦ ਸਹਿਜ ਕਰ ਪਾਇਆ, ਮਿਟਿਆ ਅੰਧੇਰਾ ਚੰਦ ਚੜਿਆ, ਲਾਲ ਜਵੇਹਰ ਭਰੇ ਭੰਡਾਰ, ਤੋਟ ਨਾ ਆਵੈ ਜਪ ਨੰਕਾਰ, ਅੰਮ੍ਰਿਤ ਸ਼ਬਦ ਪੀਵੈ ਜਨ ਕੋਏ। ਅੰਮ੍ਰਿਤ ਸ਼ਬਦ, ਇਹ ਅੰਮ੍ਰਿਤ ਸ਼ਬਦ ਹੈ, ਗੁਰੂ ਤੋਂ ਚੜਦਾ ਹੈ। ਅੰਮ੍ਰਿਤ ਸ਼ਬਦ ਪੀਵੈ ਜਨ ਕੋਏ, ਨਾਨਕ ਤਾਂ ਕੀ ਪਰਮਗਤ ਹੋਏ। ਸੋਮਵਾਰ ਸੱਸੇ ਅੰਮ੍ਰਿਤ ਚਰੈ, ਚਾਖਤ ਬੇਗ ਸਗਲ ਬਿਖ ਹਰੇ। ਇਹ ਮਨ ਜਦੋਂ ਛਕਦਾ ਤੇ ਸਾਰਾ ਜ਼ਹਿਰ ਨਿਕਲ ਜਾਂਦਾ। ਨਾਮ ਦਾ ਅੰਮ੍ਰਿਤ ਝਰਦਾ ਹੈ ਗੁਰੂ ਤੋਂ, ਇਹ ਮਨ ਪੀਂਦਾ, ਮਨ ਬਮੀਆ ਇਹਨੂੰ ਛਕਦਾ। ਚਾਖਤ ਬੇਗ ਸਗਲ ਬਿਖ ਹਰ, ਬਾਣੀ ਰੋਕਿਆ ਰਹੇ ਦੀਵਾਰ। ਪਹਿਲੇ ਤੇ ਮਨ ਭਟਕਦਾ ਸੀ, ਗੁਰੂ ਦੀ ਬਾਣੀ ਗੁਰੂ ਦੇ ਸ਼ਬਦ ਦੁਆਰਾ ਰੋਕਿਆ ਹੋਇਆ ਰੱਬ ਦੇ ਦੁਆਰੇ ਤੇ ਬੈਠਾ ਰਹਿੰਦਾ, ਹੁਣ ਛੱਡ ਕੇ ਨਹੀਂ ਜਾਂਦਾ। ਕਬੂ ਸਾਧ ਸੰਗਤ ਤੇ ਪਾਵੈ, ਉਸੇ ਅਸਥਾਨ ਤੇ ਬਹੁਰ ਨ ਆਵੈ, ਅੰਤਰ ਹੋਏ ਗਿਆਨ ਪ੍ਰਕਾਸ਼, ਉਸ ਅਸਥਾਨ ਕਾ ਨਹੀਂ ਬਨਾਸ, ਇਸ ਦੁਆਰੇ ਤੇ ਬਿਠਾਉਣਾ। ਤੇ ਫਿਰ ਚਾਬਕ ਪ੍ਰੇਮ ਦੀ ਫੜਨੀ ਪਵੇਗੀ। ਚੱਲ ਰੇ ਬੈਕੁੰਠ ਤੁਝੇ ਲੈ ਤਾਰੋ, ਹੇਚੇ ਤਾਂ ਪ੍ਰੇਮ ਕੇ ਚਾਬਕ ਮਾਰੋ, ਬਾਣੀ ਰੋਕਿਆ ਰਹੇ ਦੁਆਰ ਤੋਂ, ਮਨ ਮਤਵਾਰੋ ਪੀਵਣ ਹਾਰ। ਪੀਣ ਵਾਲਾ ਮਨ ਹੁੰਦਾ ਤੇ ਮਸਤ ਹੋ ਜਾਂਦਾ। ਕੈਸੇ ਵਿਚਾਰ ਮਿਲਦੇ ਨੇ? ਸਾਹਿਬ ਕਹਿੰਦੇ ਨੇ ਆਖ ਆਖ ਰਹੇ ਸਭ ਲਿਵ ਲਾਏ, ਜਿਸ ਦੇਵੈ ਤਿਸ ਪੱਲੇ ਪਾਏ। ਇਹ ਆਪਣੇ ਯਤਨ ਨਾਲ ਤੇ ਨਹੀਂ ਜੇ ਮਿਲਦਾ, ਭਾਵੇਂ ਕੁਛ ਸੌ ਯਤਨ ਕਰੇ। ਮਿਲਦਾ ਕਿਵੇਂ ਹੈ? ਦਾਤੇ ਦਾਤ ਰੱਖੇ ਹੱਥੇ ਆਪਣੇ, ਜਿਸ ਭਾਵੈ ਤਿਸ ਦੇ। ਸਤਿਗੁਰੂ ਦੇ ਸਵਾਰੇ ਜਿਨ੍ਹਾਂ 'ਤੇ ਬੜੀ ਕਿਰਪਾ ਸੀ, ਬਾਬਾ ਬੁੱਢਾ ਸਾਹਿਬ, 12 ਸਾਲ ਦੀ ਉਮਰ ਵਿੱਚ ਸਤਿਗੁਰੂ ਨਾਲ ਮੇਲ ਹੋਇਆ, 125 ਸਾਲ ਦੀ ਉਮਰ ਉਹਨਾਂ ਸਵਾਸ ਸਵਾਸ ਸਿੱਖੀ ਨਿਭਾਈ। ਇੱਕ ਵਾਰ ਸਿੱਖਾਂ ਪੁੱਛਿਆ,
ਬਾਬਾ ਜੀ ਇੱਕ ਗੱਲ ਦੱਸੋ ਕਿ ਕਰਮਾਂ 'ਤੇ ਨੇੜਾ ਹੋਵੇਗਾ ਕਿ ਬਖਸ਼ਿਸ਼ 'ਤੇ ਹੋਵੇਗਾ? ਮਸਲਾ ਬਹੁਤ ਵੱਡਾ ਸੀ, ਕਹਿ ਦਿੰਦੇ ਹਾਂ ਬਖਸ਼ਿਸ਼ ਨਾਲ ਤਰਨਾ ਅਤੇ ਫਿਰ ਨਾਲ ਜੋੜ ਲੈਂਦੇ ਹਾਂ ਜੀ ਕਰਮ ਜਿਹੜੇ ਮਰਜ਼ੀ ਕਰੀ ਜਾਓ, ਜਦੋਂ ਉਹਨੇ ਬਖਸ਼ ਹੀ ਲੈਣਾ ਅਤੇ ਫਿਰ ਕਰਮਾਂ ਬਾਰੇ ਵਿਚਾਰ ਕਰਨ ਦੀ ਲੋੜ ਕੀ ਹੈ? ਮਾੜਾ ਹੋਵੇ ਚੰਗਾ ਹੋਵੇ ਆਪੇ ਬਖਸ਼ੇਗਾ। ਇਸੇ ਬਾਰੇ ਬੜਾ ਸਾਹਿਤ ਲਿਖਿਆ ਗਿਆ ਹੈ ਭਈ ਮੈਂ ਜੋ ਮਰਜ਼ੀ ਕਰੀ ਜਾਵਾਂ ਉਹਨੇ ਛਿਣ ਵਿੱਚ ਨਜ਼ਰ ਕਰਨੀ ਹੈ, ਬਖਸ਼ ਲੈਣਾ। ਉਹਨਾਂ ਨੇ ਬੜਾ ਸੁੰਦਰ ਕਿਹਾ, ਕਹਿਣ ਲੱਗੇ ਭਾਈ ਗੱਲ ਸੁਣੋ, ਰੱਬ ਦੇ ਘਰ ਵਿੱਚ ਦੋ ਕਿਤਾਬਾਂ ਨੇ, ਇੱਕ ਹੈ ਇਨਸਾਫ ਦੀ ਅਤੇ ਇੱਕ ਹੈ ਬਖਸ਼ਿਸ਼ ਦੀ, ਅਤੇ ਪਤਾ ਨਹੀਂ ਤੁਹਾਡੇ ਵੇਲੇ ਕਿਹੜੀ ਖੁੱਲ੍ਹ ਜਾਏ। ਅਤੇ ਤੁਸੀਂ ਇੰਜ ਕਰੋ, ਤਿਆਰੀ ਪੂਰੀ ਕਰੋ, ਕਰਮ ਤਾਂ ਕਰੋ ਬਹੁਤ ਚੰਗੇ, ਕੋਈ ਮਾੜਾ ਕਰਮ ਨਾ ਕਰੋ। ਅੱਖਾਂ ਨਾਲ ਬੁਰਾ ਨਾ ਵੇਖੋ, ਜ਼ੁਬਾਨ ਨਾਲ ਬੁਰਾ ਨਾ ਬੋਲੋ, ਕੰਨਾਂ ਨਾਲ ਬੁਰਾ ਨਾ ਸੁਣੋ, ਹੱਥਾਂ ਨਾਲ ਬੁਰਾ ਨਾ ਕਰੋ, ਮੰਦੇ ਪਾਸੇ ਕਦਮ ਨਾ ਪੁੱਟੋ। ਗੁਰੂ ਦਾ ਹੁਕਮ ਹੈ ਉਹਨੇ ਮੰਦੇ ਪੈਰ ਨਾ ਰੱਖਿਓ, ਕਰ ਸੁਕਰੇ ਧਰਮ ਕਮਾਇਆ। ਕਰਮ ਜਿਹੜੇ ਨੇ ਕਰੋ ਬਹੁਤ ਚੰਗੇ, ਪਰ ਟੇਕ ਕਰਮਾਂ ਦੀ ਕਦੀ ਨਾ ਰੱਖਿਓ ਕਿ ਮੈਂ ਹੁਣ ਕਰਮ ਠੀਕ ਨੇ ਮੇਰੇ ਅਤੇ ਮੈਂ ਤਰਨਾ ਹੀ ਧਰਨਾ, ਰੱਬ ਕਰੇਗਾ ਕਿ ਮੇਰਾ ਨਿਸਤਾਰਾ ਕਰਨਾ ਹੀ ਪੈਣਾ। ਉਹ ਕਹਿੰਦੇ ਨੇ ਨਹੀਂ, ਟੇਕ ਰੱਖੋ ਬਖਸ਼ਿਸ਼ 'ਤੇ, ਤੂੰ ਆਪਣੀ ਮਤ ਅਨੁਸਾਰ ਜੋ ਕੀਤਾ ਹੋ ਸਕਦਾ ਗਲਤ ਹੋਵੇ, ਜਿਸ ਨੂੰ ਮੈਂ ਠੀਕ ਕਹਿੰਦਾ ਜ਼ਰੂਰੀ ਨਹੀਂ ਇਹ ਠੀਕ ਹੋਵੇਗਾ, ਉਹਦੀ ਨਜ਼ਰ ਵਿੱਚ ਕਬੂਲ ਹੋਵੇ ਕਿ ਨਾ ਹੋਵੇ, ਇਹ ਤਾਂ ਉਸ ਦੀ ਮਰਜ਼ੀ ਹੈ। ਮੈਂ ਜਾਣਾ ਉਹ ਮਾਲਕ ਜਾਣੇ ਕਿਹੜਾ ਉਹਨੂੰ ਭਾ ਜਾਣਾ। ਇੱਕ ਸ਼ਬਦ ਸੁਣਾ ਦੇਵਾਂ, ਜਾਣੋ ਨਾਹੀ ਭਾਵੈ ਕਮਨ ਬਾਤਾਂ, ਕਿਹੜੀ ਗੱਲ ਉਸ ਨੂੰ ਭਾ ਜਾਣੀ ਹੈ, ਕਿਹੜੀਆਂ ਗੱਲਾਂ ਉਹਨੂੰ ਚੰਗੀਆਂ ਲੱਗਣੀਆਂ ਨੇ ਤੇ ਆਪ ਜਾਣਦਾ। ਕਈ ਵਾਰ ਵੇਖਿਆ ਵੱਡੇ ਵੱਡੇ ਗੁਨਾਹਗਾਰ ਤਰ ਗਏ, ਲੇਕਿਨ ਉਹ ਸਾਡੇ ਲਈ ਆਦਰਸ਼ ਨਹੀਂ। ਭਾਈ ਗੁਰਦਾਸ ਜੀ ਦੀ ਪੌੜੀ ਵੱਲ ਧਿਆਨ ਦਿਓ, ਉਹ ਕਹਿੰਦੇ ਨੇ ਜੇਕਰ ਉੱਧਰ ਹੀ ਪੂਤਨਾ ਵੇਹੋ ਪਿਆਲਣ ਕੰਮ ਨਾ ਚੰਗਾ। ਪੂਤਨਾ ਦਾਈ ਬਣ ਕੇ ਆਈ ਸੀ ਕ੍ਰਿਸ਼ਨ ਜੀ ਨੂੰ ਮਾਰਨ ਵਾਸਤੇ, ਅਤੇ ਉਸਨੇ ਦੁੱਧਾਂ ਨੂੰ ਜ਼ਹਿਰ ਲਾ ਲਿਆ ਸੀ, ਅਸਰ ਉਸ 'ਤੇ ਹੀ ਹੋ ਗਿਆ, ਉਹਦਾ ਨਿਸਤਾਰਾ ਕਰ ਦਿੱਤਾ, ਉਹ ਮਰ ਗਈ। ਕਹਿੰਦੇ ਨੇ ਲੇਕਿਨ ਇਹ ਨਾ ਕੋਈ ਕਰੇ ਕਿ ਲੋਕਾਂ ਦੇ ਬੱਚਿਆਂ ਨੂੰ ਜ਼ਹਿਰ ਦਿੰਦਾ ਫਿਰੇ ਕਿ ਤਰ 'ਤੇ ਜਾਣਾ, ਪੂਤਨਾ ਤਰ ਗਈ ਮੈਂ ਕਿਉਂ ਨਾ ਤਰਾਂਗਾ। ਜੇਕਰ ਉੱਧਰ ਹੀ ਪੂਤਨਾ, ਬੰਦੇ ਤੂੰ ਕਿਸੇ ਦਾ ਭਲਾ ਕਰ, ਬੁਰਾ ਨਾ ਕਰੀਂ, ਵਿਉਹ ਪਿਆਲਣ ਕੰਮ ਨਾ ਚੰਗਾ। ਗਣਕਾ ਉੱਧਰ ਹੀ ਆਖੀਏ ਪਰ ਕਰ ਜਾਏ ਨਾ ਲਈਏ ਪੰਗਾ। ਗਣਕਾ ਜੇ ਗਣਕਾ ਦਾ ਉਧਾਰ ਹੋ ਗਿਆ, ਜੇ ਗਣਕਾ ਦਾ ਹੋ ਗਿਆ ਤਾਂ ਫਿਰ ਹਰ ਬੰਦਾ ਵਿਸ਼ਵਗਾਮੀ ਬਣ ਜਾਏ, ਗਣਕਾ ਬਣ ਜਾਣ। ਇਸਤਰੀਆਂ ਕਹਿੰਦੇ ਨੇ ਨਾ, ਇਹ ਆਦਰਸ਼ ਤੇਰੇ ਵਾਸਤੇ ਨਹੀਂ। ਗਣਕਾ ਉਧਰੀ ਆਖੀਏ ਪਰ ਕਰ ਜਾਏ ਨਾ ਲਈਏ ਪੰਗਾ। ਜੇ ਕਸਾਈ ਉਧਰਿਆ ਜੀਆਂ ਕਹਾਏ ਨਾ ਖਾਈਏ ਪੰਗਾ। ਕਸਾਈ ਉਧਰ ਗਿਆ ਤੇ ਤੂੰ ਉਹ ਕੰਮ ਸ਼ੁਰੂ ਕਰ ਦੇਵੇਂ? ਕਹਿੰਦੇ ਨੇ ਨਹੀਂ, ਤੂੰ ਇਹ ਸਮਝ ਕੰਮ ਤੇ ਮੈਂ ਕਰਨਾ ਚੰਗਾ। ਕਿਹੜੇ ਕਿਹੜੇ ਕੰਮ ਨੇ ਕਰਨ ਵਾਲੇ? ਜੋ ਗੁਰੂ ਨੇ ਆਖਿਆ ਉਹ ਕਰਾ, ਗੁਰ ਫਰਮਾਏ ਗੁਰਸਿੱਖ ਕਰਨਾ। ਗੁਰੂ ਨੇ ਜਿਨ੍ਹਾਂ ਕੰਮਾਂ ਤੋਂ ਰੋਕਿਆ ਉਹ ਛੱਡ ਦੇ। ਭਾਈ ਗੁਰਦਾਸ ਜੀ ਨੇ ਵਿਆਖਿਆ ਕੀਤੀ ਹੈ, ਹਉ ਤਿਸ ਘੋਲ ਕਮਾਇਆ ਗੁਰਮਤਿ ਹਿਰਦੈ ਗਰੀਬੀ ਆਵੈ। ਹਉ ਤਿਸ ਘੋਲ, ਮੈਂ ਸਦਕੇ ਆਉਂਦਾ ਸਿੱਖਾਂ ਤੋਂ। ਗੁਰੂ ਦੀ ਮਤ ਹੈ ਮਨ ਦੇ ਗਰੀਬ, ਮਨ ਦੀ ਨਿਮਰਤਾ। ਹਉ ਤਿਸ ਘੋਲ ਕਮਾਇਆ ਗੁਰਮਤਿ ਹਿਰਦੈ ਗਰੀਬੀ ਆਵੈ। ਹਉ ਤਿਸ ਘੋਲ ਕਮਾਇਆ ਪਰ ਦਰਬੈ ਨੂੰ ਹੱਥ ਨਾ ਲਾਵੈ। ਪਰਾਏ ਧਨ ਨੂੰ ਚੋਰੀ ਨਹੀਂ ਕਰਦਾ ਪਰ ਦਰਬੈ ਨੂੰ ਹੱਥ ਨਾ ਲਾਵੈ। ਹਉ ਤਿਸ ਘੋਲ ਕਮਾਇਆ ਸਤਿਗੁਰ ਦਾ ਉਪਦੇਸ਼ ਕਮਾਵੈ। ਹਉ ਤਿਸ ਘੋਲ ਕਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ। ਹਉ ਤਿਸ ਘੋਲ ਕਮਾਇਆ ਪਰ ਨਿੰਦਾ ਸੁਣੇ ਆਪੇ ਉਠਾਵੈ। ਹਉ ਤਿਸ ਘੋਲ ਕਮਾਇਆ ਥੋੜ੍ਹਾ ਸਮੇਂ ਥੋੜ੍ਹਾ ਹੀ ਖਾਵੈ। ਗੁਰਮੁਖ ਸੋਈ ਸਹਿ ਸਮਾਵੈ। ਹਉ ਤਿਸ ਵਿੱਟੋਂ ਵਾਰਿਆ ਹੁੰਦਾ ਤਾਣ ਜੋ ਹੋਏ ਨਿਤਾਣਾ। ਹਉ ਤਿਸ ਵਿੱਟੋਂ ਵਾਰਿਆ ਛੱਡ ਸਿਆਣਪ ਹੋਏ ਇਆਣਾ। ਹਉ ਤਿਸ ਵਿੱਟੋਂ ਵਾਰਿਆ ਖਸਮੇ ਦਾ ਭਾਵੈ ਜਿਸ ਪਾਣਾ। ਹਉ ਤਿਸ ਵਿੱਟੋਂ ਵਾਰਿਆ ਚੱਲਣ ਜਾਣ ਜੁਗਤ ਮੇ ਮਾ। ਇਹ ਸਾਰੀਆਂ ਗੱਲਾਂ ਸਮਝਾਈਆਂ, ਕਰਮ ਕਰ ਚੰਗਾ।
ਸ਼ੁਭ ਕਰਮਣ ਤੇ ਕਬਹੂ ਨਾ ਟਰੋ, ਸ਼ੁਭ ਕੰਮ ਕਰ ਲੇਕਿਨ ਟੇਕ ਇੱਕ ਹੈ ਦਾਤਾ, ਨਾਨਕ ਤਰੀਐ ਤੇਰੀ ਮਿਹਰ, ਨਿਸਤਾਰਾ ਹੋਣਾ ਤੇਰੀ ਕਿਰਪਾ ਨਾਲ, ਤੇਰੀ ਕਿਰਪਾ ਤੋਂ ਬਿਨਾ ਨਹੀਂ। ਕਰਮ ਕਰ ਲਿਆ ਚੰਗਾ ਤੇ ਨਾਲ ਅਵਮਾਨ ਹੋ ਗਿਆ, ਅਹੰਕਾਰ ਵੀ ਨਾਲ ਹੋ ਗਿਆ। ਸਤਿਗੁਰਾਂ ਨੇ ਤਾਂ ਹੀ ਕਿਹਾ ਸੀ ਸਾਧੋ ਮਨ ਕਾ ਮਾਨ ਤਿਆਗੋ। ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇੱਕ ਬਚਨ ਧਿਆਨ ਵਿੱਚ ਆਇਆ, ਤੀਰਥਾਂ 'ਤੇ ਜਾਣਾ ਇਹ ਕੰਮ ਸੌਖਾ ਨਹੀਂ। ਅੱਜ ਵੇਖਦੇ ਹਾਂ ਗਏ ਨੇ ਬੜੇ ਚਾਅ ਨਾਲ ਜੀ ਤੀਰਥ 'ਤੇ, ਅਤੇ ਬਾਸੀ ਉਲਟ ਗਈ, ਖੱਡ ਵਿੱਚ ਡਿੱਗ ਪਈ ਵਿਚਾਰੀ, ਗਏ ਸਨ ਤੀਰਥ ਵਾਪਸ ਨਹੀਂ ਆਏ, ਬਰਫ਼ ਡਿੱਗ ਪਈ, ਰਾਹ ਰੁਕ ਗਏ, ਉੱਥੇ ਹੀ ਬੈਠੇ ਰਹੇ। ਇਹ ਕੰਮ ਕੁਛ ਸੌਖਾ ਤੀਰਥਾਂ 'ਤੇ ਜਾਣਾ, ਮੁਸਾਫਰੀ ਅੱਧੀ ਮੌਤ, ਮੁਸਾਫਰੀ ਅੱਧੀ ਮੌਤ ਸੋ ਭੁੱਖ, ਅਤੀ ਕਸ਼ਟ ਤੇ ਕਸ਼ਟ ਹੈ ਪੰਥ ਗਮਨ ਜਬ ਕਹੀ। ਬੜਾ ਸਫ਼ਰ ਮੈਂ ਕੀਤਾ, ਵੇਖੇ ਆਪਣੇ ਵੱਲੋਂ ਬੜਾ ਚੰਗਾ ਪ੍ਰਬੰਧ, ਕਮਾਲ ਹੋ ਗਈ। ਮਹਿੰਗੀ ਤੋਂ ਮਹਿੰਗੀ ਜਿਹੜੀ ਸੀ ਫਲਾਈਟ, ਉਹਦੀ ਟਿਕਟ ਜਾਂਦਿਆਂ ਉਹਦਾ ਸਿਸਟਮ ਹੀ ਫੇਲ ਹੋਇਆ, ਫਿਰ ਉੱਥੇ 4 ਘੰਟੇ ਬੈਠੇ ਰਹੋ। ਕਮਾਲ ਹੈ, ਆਪਣੇ ਵੱਲੋਂ ਪ੍ਰਬੰਧ ਕਰੋ। ਮੁਸਾਫਰੀ ਅੱਧੀ ਮੌਤ, ਮੁਸਾਫਰੀ ਅੱਧੀ ਮੌਤ ਸੋ ਭੁੱਖ। ਕਹਿੰਦੇ ਨੇ ਘਰੋਂ ਬਾਹਰ ਰਹਿਣਾ, ਤੀਰਥਾਂ 'ਤੇ ਜਾਣਾ ਕੰਮ ਸੌਖਾ ਨਹੀਂ, ਵਰਤ ਰੱਖਣੇ। ਕਹਿ ਦੇਣਾ ਜੀ ਵਰਤ ਕੁਛ ਨਹੀਂ ਹੁੰਦੇ, ਮੈਂ ਕਹਿੰਦਾ ਇੱਕ ਦਿਨ ਭੁੱਖੇ ਰਹਿ ਕੇ ਵੇਖੋ, ਪਤਾ ਲੱਗ ਜਾਏਗਾ ਕੀ ਹੁੰਦੇ ਨੇ। ਇੱਕ ਬੱਚੇ ਨੇ, ਸ਼ੇਖ ਸਾਧੀ ਨੇ ਬੜਾ ਸੁੰਦਰ ਲਿਖਿਆ, ਉਹ ਕਿਹਾ ਮੈਂ ਰੋਜ਼ਾ ਰੱਖਣਾ, ਅਤੇ ਬਾਪ ਨੇ ਆਖਿਆ ਇਹ ਬੱਚਾ ਇਹ ਰੋਜ਼ਾ ਨਾ ਇਹਨੂੰ ਰੱਖਣ ਦੇ, ਇਹ ਚੰਗੀ ਗੱਲ ਨਹੀਂ, ਜੇ ਇਹਨੇ ਤੋੜ ਦਿੱਤਾ ਤਾਂ ਸਾਨੂੰ ਪਾਪ ਲੱਗੇਗਾ। ਉਹ ਆਖੇ ਬੱਚਾ ਕਹਿੰਦਾ ਰੱਖ ਲੈਣ ਦਿਓ, ਜਦੋਂ ਦਿਹਾੜੀ ਅੱਧੀ ਕੁ ਬਤੀਤ ਹੋਈ ਉਹਨੂੰ ਲੱਗੀ ਭੁੱਖ, ਅਤੇ ਉਹ ਅੰਦਰ ਵੜ ਕੇ ਨਾ ਚੋਰੀ ਖਜ਼ੂਰਾਂ ਖਾਣ ਲੱਗ ਪਿਆ। ਬਾਪ ਕਹਿਣ ਲੱਗਾ ਲੈ ਤੈਨੂੰ ਰੋਕਿਆ ਸੀ, ਉਹਨੂੰ ਸਾਰੀ ਉਮਰ ਇਹ ਬੇਈਮਾਨ ਰਹੇਗਾ, ਰੋਜ਼ਿਆਂ ਦੇ ਦਿਨਾਂ 'ਚ ਇਹਨੇ ਚੋਰੀ ਕੀਤੀ, ਮੈਂ ਤੈਨੂੰ ਕਿਹਾ ਸੀ ਖਾ ਲੈਣ ਦੇ ਨੂੰ ਨਾ ਰੱਖੇ, ਰੋਜ਼ਾ ਰੱਖਣੇ ਵਰਤ ਰੱਖਣੇ ਸੌਖੇ ਨਹੀਂ, ਔਰ ਦਾਨ ਕਰਨਾ, ਇਹ ਯਕੀਨ ਜਾਣਨਾ ਹੱਥੋਂ ਪੈਸਾ ਛੱਡਣਾ ਬੜਾ ਮੁਸ਼ਕਲ ਹੈ, ਸੌਖਾ ਨਹੀਂ। ਬੱਚਾ ਬਿਮਾਰ ਹੋ ਗਿਆ, ਸਾਧੀ ਕਹਿੰਦੇ ਨੇ ਕਿਸੇ ਨੇ ਕਿਹਾ ਜਾਂ 5 ਦੀਨਾਰ ਦਾਨ ਕਰ ਦੇ ਅਤੇ ਜਾਂ 5 ਕੁਰਾਨ ਦੇ ਪਾਠ ਕਰ ਦੇ। ਉਹ ਕਹਿਣ ਲੱਗਾ ਦੀਨਾਰ ਅਤੇ ਦਾਨ ਕਰਨੇ ਮੁਸ਼ਕਲ, ਹਾਲਾਂ ਬੜਾ ਧਨਮਾਨ ਸੀ, ਅਤੇ ਮੈਂ 5 ਪਾਠ ਕਰ ਦੇਣਾ। ਇੱਕ ਸਿਆਣੇ ਨੇ ਕਿਹਾ ਪਾਠ ਤਾਂ ਤੇਰੀ ਜ਼ੁਬਾਨ 'ਤੇ ਚੜ੍ਹਿਆ, ਇਹ ਤਾਂ ਕਰ ਦੇਗਾ, ਅਤੇ ਜੇ ਜਿਹੜਾ ਪੈਸਾ ਹੈ ਤੇਰੀ ਜਾਨ 'ਚ ਅੜਿਆ, ਇਹ ਨਿਕਲਣਾ ਬੜੀ ਮੁਸ਼ਕਲ ਹੈ। ਵਾਕਈ ਹੈ, ਇਹ ਜਿਹੜਾ ਪੈਸਾ ਛੱਡਣਾ ਨਾ, ਇਹ ਲੈਣਾ ਹੀ ਸੌਖਾ, ਦੇਣਾ ਬਹੁਤ ਮੁਸ਼ਕਲ ਹੈ। ਪਰ ਉਹ ਕਹਿੰਦੇ ਨੇ ਦਾਨ ਵੀ ਕਰ ਆਵੇ, ਪਰ ਤੀਰਥ ਵਰਤ ਔਰ ਦਾਨ ਕਰ, ਕਰਨ ਤੋਂ ਬਾਅਦ ਕਰੇ ਕਿ ਮਨ ਮਹਿ ਧਰੇ ਗੁਮਾਨ। ਮੈਂ ਕੋਈ ਛੋਟਾ ਮੋਟਾ ਦਾਨੀ ਨਹੀਂ, ਬਹੁਤ ਵੱਡਾ, ਮੈਂ ਤਾਂ ਤੀਰਥ ਯਾਤਰੀ ਹਾਂ। ਸੁਭਾਵਕ ਸਿੱਖ ਇਤਿਹਾਸ 'ਚੋਂ ਇੱਕ ਘਟਨਾ ਯਾਦ ਆ ਗਈ, ਸਿੱਖ ਆਪਸ ਵਿੱਚ ਗੱਲਾਂ ਕਰਨ ਪਏ, ਦਰਬਾਰ ਸਾਹਿਬ ਸੇਵਾ ਹੋ ਰਹੀ ਅਤੇ ਗੁਰੂ ਅਰਜਨ ਦੇਵ ਜੀ ਨੇ ਸੁਣ ਲਈ, ਉਹ ਗੱਲ ਬੜੀ ਕਮਾਲ ਸੀ। ਉਹ ਕਹਿਣ ਕਿ ਕੁਛ ਬੰਦੇ ਐਸੇ ਨੇ ਭਾਈ, ਇਹ ਹੱਥੀਂ ਸੇਵਾ ਤਾਂ ਜ਼ਰੂਰ ਕਰਦੇ ਨੇ, ਇਹਨਾਂ ਪੈਸਾ ਕੋਈ ਨਹੀਂ ਦਿੱਤਾ, ਇਹ ਸੇਵਾ ਕਰਦੇ ਨੇ ਅਤੇ ਲੰਗਰ ਵੀ ਇੱਥੋਂ ਛਕਦੇ ਨੇ, ਪੈਸਾ ਤਾਂ ਨਹੀਂ ਨਾ ਦਿੱਤਾ। ਕੁਛ ਐਸੇ ਨੇ ਜਿਹੜੇ ਸੇਵਾ ਵੀ ਨਹੀਂ ਕਰਦੇ ਅਤੇ ਪੈਸਾ ਵੀ ਨਹੀਂ ਦਿੱਤਾ, ਪਰ ਅਸੀਂ ਦੋਵੇਂ ਕੰਮ ਕੀਤੇ, ਇਹਨਾਂ ਨਾਲੋਂ ਅਸੀਂ 100 ਦਰਜੇ ਚੰਗੇ ਹਾਂ। ਅਸੀਂ ਤੁਹਾਨੂੰ ਵੀ ਭੇਟਾ ਕੀਤਾ, ਅਸੀਂ ਟੋਕਰੀ ਵੀ ਢੋ ਰਹੇ ਹਾਂ, ਸੇਵਾ ਵੀ ਕੀਤੀ, ਸੁਣ ਲਿਆ ਗੁਰੂ ਅਰਜਨ ਦੇਵ ਜੀ ਨੇ। ਕਹਿਣ ਲੱਗੇ ਬਾਬਾ ਜੀ ਅੱਜ ਕਥਾ ਕਰੋ, ਜ਼ਰਾ ਇਹਨਾਂ ਦਾ ਇਲਾਜ ਕਰੋ, ਸਮਝਾ ਦਿੱਤਾ। ਉਹਨਾਂ ਨੇ ਗੱਲ ਕਹੀ, ਭਾਈ ਸਿੱਖੀ ਸਿੱਖ ਨਹੀਂ ਹੈ ਅਤੇ ਗੁਰੂ ਅੰਗਦ ਦੇਵ ਜੀ ਨੂੰ ਯਾਦ ਕਰੋ, ਨਾ ਗੁਮਾਨ ਹੈ ਸੇਵਾ ਦਾ ਅਤੇ ਨਾ ਗੁਮਾਨ ਹੈ ਕਿ ਮੈਂ ਧਨ ਦਿੱਤਾ, ਸਭ ਕੁਝ ਰੱਖ ਕੇ ਸਾਹਮਣੇ ਫਿਰ ਕਹਿਣਾ ਦਾਤਿਆ ਹੁਣ ਹੁਕਮ ਕਰ, ਹੁਣ ਮੈਂ ਕੀ ਕਰਾਂ, ਤਨ ਮਨ ਧਨ ਸਭ ਸੌਂਪ ਗੁਰ ਕਹੋ, ਹੁਕਮ ਮੰਨਿਆ ਪਾਈਆ। ਜੇ ਤਾਂ ਯਾਦ ਰਹਿ ਗਏ, ਯਾਦ
ਲੋਕੀ ਪੱਥਰਾਂ 'ਤੇ ਲਿਖਾਉਂਦੇ ਨੇ ਕਿ ਯਾਦ ਨੂੰ ਕੌਣ ਪੁੱਛਦਾ ਪਿਆ, ਰੋਜ਼ ਵੇਖਣ ਮੈਂ ਦਾਨ ਕੀਤਾ। ਸਤਿਗੁਰੂ ਕਹਿੰਦੇ ਨੇ ਕਰੋ ਸਭ ਕੁਛ, ਕਰਮ ਕਰੋ, ਬੜੇ ਚੰਗੇ ਕਰੋ, ਲੇਕਿਨ ਟੇਕ ਪ੍ਰਮਾਤਮਾ 'ਤੇ ਰੱਖੋ, ਨਿਸਤਾਰਾ ਹੋਵੇਗਾ ਉਸਦੀ ਕਿਰਪਾ ਨਾਲ। ਹੁਣ ਜੇ ਮੈਂ ਗਿਣਦਾ ਹੀ ਰਹਾਂ, ਖਿਮਾ ਕਰਨਾ, ਰੋਜ਼ ਗਿਣਾਂ ਕਿ ਇੰਨੇ ਜਪ ਕਰ ਲਏ, ਇੰਨੇ ਮੈਂ ਪਾਠ ਕਰ ਲਏ, ਮੈਨੂੰ ਇੱਕ ਦਿਨ ਧਿਆਨ ਆਇਆ ਕਿ ਉਹ ਗਿਣਨ ਲੱਗ ਪਏ ਤੂੰ ਪਾਪ ਕਿੰਨੇ ਕੀਤੇ। ਫੇਰ ਗਿਣਤੀ ਕੌਣ ਕਰੇਗਾ, ਪਤਾ ਕਿੰਨੇ ਨੇ ਪਾਪ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਅਵਗਣ ਹਮਾਰੇ, ਦਇਆ ਕਰੋ ਕਿਛ ਮਿਹਰ ਪਾਵੋ, ਡੁੱਬਦੇ ਪੱਥਰ ਤਾਰੇ। ਦਾਤਾ ਤੇਰੀ ਕਿਰਪਾ ਨਾਲ, ਤੇਰੀ ਮਿਹਰ ਨਾਲ ਨਿਸਤਾਰਾ ਹੋਣਾ। ਧੰਨ ਗੁਰੂ ਅਮਰਦਾਸ ਫਰਮਾ ਰਹੇ ਨੇ, ਅਗਮ ਅਗੋਚਰ ਲਖਿਆ ਨਾ ਜਾਏ। ਅਗਮ ਦਾ ਅਰਥ ਕੀ ਹੁੰਦਾ, ਅਗਮ ਗਮਤਾ ਤੋਂ ਪਰਾਂ, ਸਾਡੀ ਪਹੁੰਚ ਤੋਂ ਪਰਾਂ, ਸਾਡੇ ਕੋਲ ਇੰਨੀ ਸ਼ਕਤੀ ਨਹੀਂ, ਇੰਨਾ ਬਲ ਨਹੀਂ ਪਰਮਾਤਮਾ ਤੱਕ ਜਾ ਸਕੀਏ। ਸਾਡੇ ਦੇਸ਼ ਦੀ ਇੱਕ ਪਰੰਪਰਾ, ਮੈਂ ਤੁਹਾਡਾ ਉਸ ਵੱਲ ਧਿਆਨ ਦਿਵਾਵਾਂ। ਪਤੀ ਵਿਆਹੁਣ ਵਾਸਤੇ ਜਾਂਦਾ, ਕਿਤੇ ਕਿਤੇ ਐਵੇਂ ਵਿਅੰਗ ਕਰ ਦਿੱਤਾ ਕਿ ਪਤਨੀ ਗਈ ਜੀ, ਪਰ ਇਹ ਨਹੀਂ, ਨਿਯਮ ਨਹੀਂ, ਪਤਨੀ ਨਹੀਂ, ਪਤੀ ਵਿਆਹੁਣ ਵਾਸਤੇ ਜਾਂਦਾ। ਅਤੇ ਪੁਰਾਣੀ ਪਰੰਪਰਾ ਸੀ, ਪਤਨੀ ਬਰਾਤ ਵੇਖਣ ਵੀ ਬਾਹਰ ਨਹੀਂ ਸੀ ਜਾਂਦੀ, ਉਹ ਘਰ ਸੀ ਦਰਵਾਜ਼ੇ ਦੇ ਅੰਦਰ, ਕਿ ਮੈਂ ਉਸ ਵੇਲੇ ਬਾਹਰ ਨਿਕਲਾਂਗੇ ਜਦੋਂ ਪਤੀ ਇਸ ਦਰਦਲ ਤੋਂ ਮੈਨੂੰ ਬਾਂਹ ਫੜ ਕੇ ਬਾਹਰ ਕੱਢੇਗਾ। ਬਾਣੀ ਵਿੱਚ ਉਹ ਦਰਜ ਹੈ, ਘਰ ਆਪਣੜੇ ਖੜੀ ਤੱਕਾਂ, ਮੈਂ ਮਨ ਚਾਓ ਗਨੇਰਾ, ਆਵੋ ਸਜਣਾ ਹੁਣ ਦੇਖਾਂ ਦਰਸ਼ਨ ਤੇਰਾ ਰਾਮ, ਘਰ ਆਪਣੜੇ ਖੜੀ ਤੱਕਾਂ, ਮੈਂ ਮਨ ਚਾਓ ਗਨੇਰਾ। ਇਹੀ ਨਿਯਮ ਹੈ, ਰੱਬ ਦਾ ਪਿਆਰਾ ਬੰਦਗੀ ਵਾਲਾ ਖਲੋਤਾ, ਉਹ ਕਹਿੰਦਾ ਮੈਂ ਤਾਂ ਬਸ ਉਡੀਕ ਕਰ ਰਿਹਾ, ਇੰਤਜ਼ਾਰ ਕਰ ਰਿਹਾ, ਆਏਗਾ ਬਾਂਹ ਫੜ ਕੇ ਮੈਨੂੰ ਲੈ ਜਾਏਗਾ। ਇਵੇਂ ਬਚਨ ਹੈ, ਪੰਥ ਨਿਹਾਰੇ ਕਾਮਣੀ, ਲੋਚਨ ਭਰੀ ਲੇ ਉਸਾਸਾ, ਅੱਖਾਂ ਭਰੀਆਂ ਨੇ, ਲੰਬੇ ਸਾਹ ਲੈ ਰਹੀ ਹੈ, ਇਹ ਜੀਵ ਇਸਤਰੀ ਤੇਰਾ ਰਾਹ ਵੇਖ ਰਹੀ ਹੈ। ਪੰਥ ਨਿਹਾਰੇ ਕਾਮਣੀ, ਲੋਚਨ ਭਰੀ ਲੇ ਉਸਾਸਾ, ਉਰ ਨਾ ਭੇਜਾ ਫਿਰਦਾ ਨਹੀਂ ਭੇਜਦਾ, ਪੱਗ ਨਾ ਖਿੱਸੈ ਪੈਰ ਪਿੱਛੇ ਨਹੀਂ ਪਾਉਂਦੀ, ਹਰ ਦਰਸ਼ਨ ਕੀ ਆਸਾ। ਹੁਣ ਤੇ ਕਾਂ ਉਡਾ ਰਹੀ, ਕਾਵਾਂ ਪੈਣ ਉਡਾ ਪੈਣਾ, ਕਾਵਾਂ ਉਡਾਉਂਦੀਆਂ ਸਨ ਕਿ ਵੀਰ ਆਉਂਦਾ, ਮੈਂ ਕਾਂ ਉਡਾ ਰਿਹਾ ਰੱਬ ਆਉਂਦਾ। ਉਡੋ ਨਾ ਕਾਗਾ ਕਾਰੇ, ਬੇਗ ਮਲੀ ਜਾਏ ਆਪਣੇ ਰਾਮ ਪਿਆਰੇ, ਕਹਿਤ ਕਬੀਰ ਜੀਵਨ ਪਦ ਕਾਰਨ, ਹਰ ਕੇ ਭਗਤ ਕਰੀ ਜਾ, ਇੱਕ ਆਧਾਰ ਨਾਮ ਨਾਰਾਇਣ, ਰਸਨਾ ਰਾਮ ਰਵੀਜਾ। ਮੈਂ ਤੇ ਉਡੀਕ ਰਿਹਾ, ਆਵੋ ਸੱਜਣਾ ਹਾਂ ਦੇਖਾਂ ਦਰਸ਼ਨ ਤੇਰਾ, ਰਾਮ ਆਏਗਾ। ਕਹਿੰਦੇ ਨੇ ਆ ਗਿਆ, ਬੜੀ ਬਰਾਤ ਆ ਗਈ ਹੈ, ਮੈਨੂੰ ਲੈ ਗਏ ਹੈ। ਸੁਰ ਨਰ ਮੁਣਜਨ ਕੌਤਕ ਆਏ, ਕੋਟ ਤੀਸ ਉਜਾਨਾ, ਕਹੋ ਕਬੀਰ ਮੋਹ ਵਿਆਹ ਚੱਲੇ ਹੈ, ਪੁਰਖ ਏਕ ਭਗਵਾਨਾ। ਗੁਰੂ ਨਾਨਕ ਦੇਵ ਜੀ ਦਾ ਵੀ ਬਚਨ ਹੈ, ਕਹਿੰਦੇ ਨੇ ਆਪ ਆ ਗਏ ਆ, ਮੇਰਾ ਵਿਆਹ ਕਿੱਥੇ ਹੋਇਆ, ਵਿਆਹ ਤਾਂ ਉਹਨਾਂ ਦਾ ਬਟਾਲੇ ਹੋਇਆ ਸੀ ਯਾਦ ਹੈ, ਪੁਰਖ ਵਿਆਹ ਕਹਿੰਦੇ ਨੇ ਮੇਰਾ ਗੁਰਦੁਆਰੇ ਵਿਆਹ ਹੋਇਆ, ਸੰਗਤ ਵਿੱਚ ਹੋਇਆ, ਰੱਬ ਨਾਲ ਹੋਇਆ। ਉਹ ਪੰਕਤੀਆਂ ਸੁਣਾ ਦੇ ਮਾਂ, ਕਰ ਕਿਰਪਾ ਆਪਣੇ ਘਰ ਆਇਆ, ਤਾਂ ਮਿਲ ਸਖੀਆਂ ਕਾਜ ਰਚਾਇਆ, ਖੇਲ ਦੇਖ ਮਨ ਆਨੰਦ ਭਇਆ ਹੈ। ਗੁਰੂ ਨਾਨਕ ਦੇਵ ਦਾ ਵਿਆਹ, ਸ਼ਾਹ ਵਿਆਹਾਂ ਨੇ ਆਇਆ, ਗਾਵੋ ਗਾਵੋ ਕਾਮਣੀ ਵਿਵੇਕ ਵਿਚਾਰ, ਅਤੇ ਕਿਹੜਾ ਲਾੜਾ ਆਇਆ, ਕਹਿੰਦੇ ਨੇ ਹਮਰੇ ਘਰ ਆਇਆ ਜਗ ਜੀਵਨ ਪਥਾਰ, ਗੁਰੂ ਦੁਆਰੇ ਹਮਰਾ ਵਿਆਹ ਜੇ ਹੋਆ, ਜਾਂ ਸ਼ਾਹ ਮਿਲਿਆ ਤਾਂ ਜਾਣਿਆ, ਤਿਹੋਂ ਲੋਕਾਂ ਮੈਂ ਸ਼ਬਦ ਰਵਿਆ ਹੈ ਆਪ ਗਿਆ ਮਨ ਮਾਨਿਆ। ਇਹ ਕਾਰਜ ਹੋਰ ਨਹੀਂ ਕੋਈ ਕਰ ਸਕਦਾ, ਆਪਣਾ ਕਾਰਜ ਆਪ ਸਵਾਰੇ, ਇਹ ਦਾਤ ਉਹਦੀ ਹੈ, ਇਹ ਨਾਮ ਰਸ ਆਪ ਦਿੰਦਾ, ਇਹ ਮੇਲ ਉਹ ਆਪ ਕਰਾਉਂਦਾ, ਆਪਣਾ ਕਾਰਜ ਆਪ ਸਵਾਰੇ, ਹੋਰਨ ਕਾਰਜ ਨਾ ਹੋਈ। ਜਿਤ ਕਾਰਜ ਸਤ ਸੰਤੋਖ ਦਇਆ ਧਰਮ ਹੈ, ਗੁਰਮੁਖ ਬੂਝੈ ਕੋਈ, ਪੰਡਤ ਨਾਨਕ ਸਭਨਾ ਕਾ ਪੇਰੇ ਕੋ ਸੋਇ। ਕਹਿੰਦੇ ਨੇ ਜਿਹੜਾ ਮੇਰਾ ਪੇਰਾ ਤੁਹਾਡਾ ਵੀ ਹੈ, ਉਹ ਸਭ ਦਾ ਹੈ, ਰੱਬ ਸਭ ਦਾ ਹੈ, ਜਿਸ ਨੂੰ ਨਦਰ ਕਰੇ ਸੋ ਸੁਹਾਗਣ ਹੋਏ।
ਜਿਸ ਤੇ ਨਜ਼ਰ ਕਰਦਾ ਹੈ, ਜਿਸ ਦੇਵੈ ਤਿਸ ਪੱਲੇ ਪਹਾਏ, ਉਸ ਤੇ ਪੱਲੇ ਪੈਂਦਾ ਜਿਸ ਤੇ ਉਹ ਬਖਸ਼ਿਸ਼ ਕਰਦਾ। ਬੰਦਾ ਹੁਣ ਇੱਥੇ ਟਿਕਿਆ ਹੋਇਆ ਕਿ ਮਿਹਰ ਦੀ ਬਜਾਏ ਤੇ ਦਿਨ ਰਾਤ ਇੰਤਜ਼ਾਰ 'ਚ ਰਹਿਣਾ ਪਵੇਗਾ। ਬਾਣੀ ਦੇ ਪਾਠ ਕਰਾਂ, ਨਿਤਨੇਮ ਕਰਾਂ, ਸਿਮਰਨ ਕਰਾਂ, ਸੇਵਾ ਕਰਾਂ, ਅਤੇ ਜਦੋਂ ਉਹਦੀ ਕਿਰਪਾ ਹੋਵੇਗੀ, ਬਖਸ਼ਿਸ਼ ਹੋਵੇਗੀ, ਮਿਲ ਜਾਏਗਾ। ਇੱਕ ਦੂਸਰਾ ਟੋਲਾ ਹੋਰ ਹੈ, ਉਹ ਪਤਾ ਕੀ ਕਰਦੇ ਨੇ? ਉਹ ਕਹਿੰਦੇ ਨੇ ਜਿਸ ਨੂੰ ਵੀ ਅੱਜ ਤੱਕ ਮਿਲਿਆ ਉਹਨਾਂ ਇਹ ਕਿਹਾ ਮੈਂ ਤਾਂ ਕੁਛ ਵੀ ਨਹੀਂ ਕੀਤਾ। ਭਗਤ ਨਾਮਦੇਵ ਵਰਗੇ ਮਹਾਂਪੁਰਖ ਜਿਨ੍ਹਾਂ ਦੇ 62 ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਨੇ, ਉਹ ਕਹਿੰਦੇ ਨੇ ਮੇਰਾ ਕਿਹਾ ਕਛੂ ਨਾ ਹੋਏ। ਇਸੇ ਦਿੱਲੀ 'ਚ ਕਿਹਾ ਸੀ, ਮੇਰਾ ਕਿਹਾ ਕਛੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ। ਹੁਣ ਸਾਰੇ ਕਹਿੰਦੇ ਨੇ ਉਹਨਾਂ ਕਿਹਾ ਫਿਰ ਜਦੋਂ ਹੋਣਾ ਹੀ ਨਹੀਂ ਤਾਂ ਸਾਨੂੰ ਕਰਨ ਦੀ ਲੋੜ ਹੀ ਕੀ ਹੈ? ਕਿਉਂ ਜਾਈਏ ਗੁਰਦੁਆਰੇ? ਕਿਉਂ ਉੱਠੀਏ ਅੰਮ੍ਰਿਤ ਵੇਲੇ? ਕਿਉਂ ਕਰੀਏ ਅੰਮ੍ਰਿਤ ਪਾਨ? ਕਾਹਦੇ ਵਾਸਤੇ ਸੇਵਾ ਕਰੀਏ? ਸਾਫ਼ ਤਾਂ ਕਹਿੰਦੇ ਪਏ ਨੇ ਕਿ ਜਦੋਂ ਕਰੇਗਾ ਹੋ ਜਾਏਗਾ। ਹੁਣ ਫਰਕ ਇੱਕ ਹੈ, ਉਹਨਾਂ ਨੇ ਆਖਿਆ ਮਿਲਣ ਤੋਂ ਬਾਅਦ ਸ਼ੁਕਰਾਨੇ ਦੀ ਤਰ੍ਹਾਂ ਉਹਨਾਂ ਕੀਤਾ ਸ਼ੁਕਰਾਨਾ ਕਿ ਮਿਲਿਆ ਆਪਣੀ ਕਿਰਪਾ ਨਾਲ, ਕਰ ਕਿਰਪਾ ਆਪਣੇ ਘਰ ਆਇਆ। ਪਰ ਇਹਨਾਂ ਨੇ ਕੀਤਾ ਕੁਛ ਨਹੀਂ, ਇਹਨਾਂ ਆਖਿਆ ਬਹਾਨੇ ਦੀ ਤਰ੍ਹਾਂ ਵੀ ਮੈਨੂੰ ਕਰਨ ਦੀ ਕੋਈ ਲੋੜ ਨਹੀਂ, ਜਦੋਂ ਮਿਲੇਗਾ ਮਿਲੇਗਾ, ਜਦੋਂ ਆਵੇਗਾ ਆਵੇਗਾ, ਮੈਂ ਕੁਛ ਵੀ ਨਾ ਕਰਾਂ। ਉਹਨਾਂ ਕਿਹਾ ਨਹੀਂ, ਕਾਲ ਤੇ ਕੱਲ ਨਹੀਂ ਪਵੇਗੀ ਟੇਕ ਉਸ ਦੀ। ਜਤ ਪਹਾਰਾ ਤੀਰਜ ਸੁਣਿਆਰ, ਅਰਨ ਮਤ ਵੇਦ ਹਥਿਆਰ, ਭਉ ਖੱਲਾ ਗਣ ਤਪਤਾਓ, ਪਾਂਡਾ ਭਾਉ ਅੰਮ੍ਰਿਤ ਤਠਾਲ, ਘੜੀਏ ਸ਼ਬਦ ਸੱਚੇ ਟਕਸਾਲ, ਜਿਨ ਕਉ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਕਾਲ ਤੇ ਐਸੀ ਹਸਤੀ ਸਿਰ ਜਿਉਂ ਅੰਕ ਸਹਿ, ਅਹਿਰਨ ਜਿਉਂ ਸਿਰ ਦੇ, ਮਨ ਤਨ ਆਗੈ ਰਾਖ ਕੈ ਊਬੀ ਸੇਵ ਕਰੇ। ਕਾਲ ਵਾਲਿਆਂ ਦੀ ਗੱਲ ਮੈਂ ਤੁਹਾਨੂੰ ਸੁਣਾਵਾਂ। ਕਾਲ ਗੁਰੂ ਦੱਸਦਾ ਤੇ ਫਿਰ ਗੁਰੂ ਨਿਰੀਖਣ ਵੀ ਕਰਦਾ, ਪ੍ਰੀਖਿਆ ਵੀ ਕਰਦਾ, ਵੇਖਦਾ ਔਰ ਚੈੱਕ ਵੀ ਕਰਦਾ ਹਉਮੈ ਮੁੱਕੀਏ ਕਿ ਨਹੀਂ। ਮੈਂ ਇੱਕ ਗੁਰ ਜੋ ਬਾਣੀ ਪੜ੍ਹਿਆ ਲੱਭਿਆ ਤੁਹਾਡੇ ਨਾਲ ਸਾਂਝਾ ਕਰਾਂ। ਤੁਹਾਡੇ ਕੀਤੇ ਹੋਏ ਸਿਮਰਨ ਨੇ, ਇੱਕ ਕਥਾ ਕੀਰਤਨ ਜੋ ਸੁਣਦੇ ਹੋ, ਕੀਤੀ ਸੇਵਾ ਨੇ, ਇੱਕ ਕੰਮ ਹੀ ਕਰਨਾ, ਯਾਦ ਰੱਖਿਓ ਕਿ ਹਉਮੈ ਮੁਕਾਉਣੀ ਹੈ। ਇਸ ਨਾਲ ਕੀ ਹੋਣਾ? ਹਉਮੈ ਮੁੱਕਣੀ ਹੈ, ਇਹ ਨਾਮ ਦਾ ਮੁੱਲ ਨਹੀਂ। ਹਉਮੈ ਜਿਸ ਦਿਨ ਮੁੱਕ ਗਈ, ਭਾਂਡਾ ਸਾਫ਼ ਹੋ ਜਾਏਗਾ। ਨਾਮ ਦੇਣਾ ਉਸਨੇ ਆਪਣੀ ਕਿਰਪਾ ਨਾਲ, ਜੋੜੇ ਝਾੜੋ। ਇਸ ਨਾਲ ਧਿਆਨ ਇਹ ਕਰਨਾ ਕਿ ਹਉਮੈ ਮੁੱਕੀਏ ਕਿ ਨਹੀਂ। ਇਹ ਵੈਸੇ ਬਿਮਾਰੀ ਐਸੀ ਹੈ, ਬੜੀ ਸੂਖਸ਼ਮ ਦ੍ਰਿਸ਼ਟੀ ਚਾਹੀਦੀ ਹੈ। ਕਈ ਵਾਰੀ ਮਨ ਇਹਨਾਂ ਧੋਖਾ ਦਿੰਦਾ, ਸੇਵਾ ਕਰਦਿਆਂ ਧਿਆਨ ਹੋ ਜਾਂਦਾ ਜੀ ਮੇਰੀ ਤਾਂ ਹਉਮੈ ਮੁੱਕ ਗਈ, ਹੁਣ ਮੇਰੇ ਅੰਦਰ ਕੋਈ ਹਉਮੈ ਨਹੀਂ। ਇਹ ਵੀ ਹਉਮੈ ਹੀ, ਇਹ ਜਿਹੜਾ ਧਿਆਨ ਆ ਜਾਣਾ ਮੈਂ ਉੱਚਾ ਹੋ ਗਿਆ ਹੁਣ ਹਉਮੈ ਤੋਂ, ਮੇਰੇ ਅੰਦਰ ਹਉਮੈ ਕੋਈ, ਇਹ ਤਾਂ ਜਿਸ ਦਿਨ ਗੁਰੂ ਆਖੇ ਨਾ ਹਉਮੈ ਕੋਈ ਨਹੀਂ, ਮੈਨੂੰ ਕੀ ਪਤਾ ਸੋਨੇ ਦਾ ਖਰਾ ਕਿ ਖੋਟਾ, ਮਨ ਦੇ ਬਾਰੇ ਮੈਂ ਕੀ ਜਾਣਾ। ਇਹ ਤਾਂ ਹੁਣ ਗੁਰੂ ਜਾਣਦਾ, ਉਹ ਦੱਸੇਗਾ। ਕੁਛ ਨਾਮ ਤੁਹਾਡੇ ਸਾਹਮਣੇ ਲੈ ਦਿਆਂ। ਸਤਿਗੁਰੂ ਚੁਕਾਈ ਗਾਗਰ ਸੇਵਾ ਕਰਦੇ ਰਹੇ, ਬਾਬਾ ਅਮਰਦਾਸ ਕੋਈ ਧਿਆਨ ਹੀ ਨਹੀਂ ਦਿੱਤਾ। ਅਲੂਣੀ ਸਿਲ ਚੱਟੀ ਹੈ, ਧੰਨ ਗੁਰੂ ਅੰਗਦ ਦੇਵ ਜੀ ਨੇ ਕਿਹਾ, ਸਿਲ ਜੋਗੇ ਅਲੂਣੀ ਚੱਟੀ ਹੈ, ਦਿਨ ਰਾਤ ਸੇਵਾ ਕਰਦੇ ਰਹੇ। ਭਾਈ ਮੰਝ ਦੀ ਕਥਾ ਪੜ੍ਹੋ, ਇੱਕ ਦਿਨ ਵੇਖਦੇ ਪਏ ਨੇ, ਕਹਿੰਦੇ ਨੇ ਇਹ ਕੌਣ ਹੈ? ਕਹਿਣ ਲੱਗੇ ਲਾਂਗਰੀ, ਕਹਿਣ ਲੱਗਾ ਜੀ ਇਹਨੂੰ ਸਾਰੇ ਜਾਣਦੇ ਮਹਾਰਾਜ, ਮਜ਼ਾਕ ਕਰ। ਕਹਿਣ ਲੱਗੇ ਨਹੀਂ, ਹੈ ਕੌਣ ਹੈ? ਭਾਈ ਮੰਝ ਤੇ ਕਰਦਾ ਕੀ ਹੈ, ਸੇਵਾ ਤੇ ਖਾਂਦਾ ਕਿੱਥੋਂ, ਇੱਥੋਂ? ਕਹਿਣ ਲੱਗੇ ਸੇਵਾ ਕਾਹਦੀ? ਇਹਦਾ ਭਾਵ ਇਹ ਹੈ, ਗੁਰੂ ਵੇਖ ਰਹੇ ਨੇ ਕਿ ਇਸ ਬੰਦੇ ਦੇ ਅੰਦਰ ਕੋ ਹਉਮੈ ਦਾ ਕਿਣਕਾ ਬਚਿਆ ਤੇ ਨਹੀਂ। ਇਹ ਇੱਥੇ ਆ ਗਿਆ ਕਿ ਕਿਰਪਾ ਨਾਲ ਮਿਲਦਾ, ਕਰਮ ਨਾਲ ਨਹੀਂ ਮਿਲਦਾ, ਕਿਰਪਾ ਨਾਲ ਮਿਲਦਾ। ਪਰ ਕਰਮ ਜ਼ਰੂਰੀ ਹੈ, ਕਰਮ ਤੋਂ ਬਿਨਾਂ ਨਿਸਤਾਰਾ ਨਹੀਂ। ਉਹਨੇ ਕਰਮ ਇੰਦਰੇ ਤੁਹਾਨੂੰ ਦਿੱਤੇ ਕਿਸ ਵਾਸਤੇ? ਕਰਮ ਕਰਨ ਵਾਸਤੇ। ਯੋਗੇ ਨੇ ਜਿਹੜੀ ਇੱਕ ਗੱਲ ਕਹੀ ਸੀ, ਇੰਜ ਕਰੋ, ਇੰਦਰੇ ਜਿਹੜੇ ਨੇ ਬਿਲਕੁਲ ਨਿਡਾਲ ਕਰ ਦਿਓ, ਬੁਰੇ ਕਰਮ ਹੋਣ ਹੀ ਕੋਈ ਨਾ।
ਸਿੱਖੀ ਦਾ ਅਤੇ ਯੋਗ ਦਾ ਇੱਕ ਫਰਕ ਹੈ, ਮੈਂ ਤੁਹਾਡੇ ਸਾਹਮਣੇ ਉਹ ਰੱਖਦੇ ਹਾਂ। ਅੱਖਾਂ ਨੂੰ ਐਸੀਆਂ ਕਰ ਦਿਓ ਕਿ ਬੁਰਾ ਵੇਖਣ ਜੋਗੀਆਂ ਨਾ ਰਹਿਣ, ਅਤੇ ਫਿਰ ਭਲਾ ਵੇਖਣ ਜੋਗੀਆਂ ਵੀ ਨਹੀਂ ਰਹਿਣਗੀ। ਹੱਥ ਹੀ ਐਸੇ ਨਡਾਲ ਹੋ ਜਾਣ, ਕਮਜ਼ੋਰ ਹੋ ਜਾਣ। ਗੁਰੂ ਨੇ ਕਿਹਾ ਨਹੀਂ, ਸਰੀਰ ਬਲਸ਼ਾਲੀ ਹੋਵੇ, ਮਨ ਕਾਬੂ ਵਿੱਚ ਘਰ। ਜੋ ਕਿਛ ਕੀਆ ਸੋ ਮਨ ਕੀਆ, ਮੂੰਡਾ ਮੂੰਡਿਆ ਜਾਏ। ਮਨ ਨੇ ਕੀਤਾ, ਅੱਖਾਂ ਨਹੀਂ ਵੇਖਦੀਆਂ, ਮਨ ਵੇਖਦਾ। ਕੰਨ ਨਹੀਂ ਸੁਣਦੇ, ਧਿਆਨ ਸੁਣਦਾ। ਇਹ ਹੱਥ ਨਹੀਂ ਜੇ ਕਰਦੇ, ਮਨ ਕਰਵਾਉਂਦਾ। ਉਹਨਾਂ ਨੇ ਕਿਹਾ ਪਰ ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਵੇ। ਮਨ ਵਸ ਵਿੱਚ ਆ ਜਾਏ, ਕਾਲ ਤੇਰੀ ਆਪਣੇ ਆਪ ਠੀਕ ਹੋ ਜਾਏਗੀ, ਕਰਮ ਤੇਰਾ ਆਪਣੇ ਆਪ ਠੀਕ ਹੋਵੇਗਾ। ਅੱਖਾਂ ਦੀਆਂ ਕਰਨ ਦੀ ਲੋੜ ਨਹੀਂ, ਸੂਰਦਾਸ ਨੇ ਕਰ ਲਈਆਂ, ਪਛਤਾਇਆ ਬਾਅਦ ਵਿੱਚ, ਗਲਤੀ ਹੋ ਗਈ। ਕੱਲ੍ਹ ਨੂੰ ਗਲਤ ਬੋਲਿਆ ਗਿਆ ਤਾਂ ਜ਼ੁਬਾਨ ਕੱਟ ਦਿਆਂਗਾ, ਫਿਰ ਤਾਂ ਵਾਹਿਗੁਰੂ ਵੀ ਨਹੀਂ ਆਖਿਆ ਜਾਣਾ। ਹੱਥ ਕੱਟ ਦਿਆਂ, ਕਿਹਾ ਨਹੀਂ, ਕਰਨ ਵਾਲਾ ਕੰਮ ਇੱਕ ਹੈ। ਗੁਰਮਤ ਨੇ ਕਿਹਾ ਨਾਨਕ ਮਨ ਸਮਝਾਈਐ ਗੁਰ ਕਹਿ ਸ਼ਬਦ ਸਲਾਹ, ਰਾਮ ਨਾਮ ਰੰਗ ਰਤਿਆਂ ਪਾਰ ਨਾ ਭਰਮ ਤਿਨਾ। ਭਾਈ ਸਾਹਿਬ, ਭਾਈ ਕਨਈਆ ਸਾਹਿਬ, ਜਿਨ੍ਹਾਂ ਨੇ ਮਨ ਮਾਰੇ ਨੇ, ਤੁਸੀਂ ਉਹਨਾਂ ਦਾ ਜੀਵਨ ਇਤਿਹਾਸ ਪੜ੍ਹ ਕੇ ਵੇਖੋ, ਉਹਨਾਂ ਨੇ ਕਦੀ ਨਹੀਂ ਪੁੱਛਿਆ ਕਿ ਸੋਮਵਾਰ ਕੀ ਹੁੰਦਾ, ਚੰਗਾ ਕਿ ਮੰਦਾ, ਸ਼ਨੀਚਰ ਚੰਗਾ ਕਿ ਬੁੱਧ ਚੰਗਾ। ਉਹਨਾਂ ਨੇ ਕਿਹਾ ਸਾਰੇ ਦਿਨ ਚੰਗੇ ਨੇ। ਗੁਰੂ ਦੀ ਨਜ਼ਰ ਹੋ ਜਾਏ ਤਾਂ ਹਰ ਦਿਨ ਚੰਗਾ, ਗੁਰੂ ਦੀ ਨਜ਼ਰ ਹੋ ਜਾਏ ਹਰ ਮਹੀਨਾ ਚੰਗਾ, ਹਰ ਘੜੀ ਚੰਗੀ ਹੈ, ਹਰ ਪਲ ਚੰਗਾ। ਪਰ ਜੇਕਰ ਮੈਨੂੰ ਰੱਬ ਭੁੱਲ ਗਿਆ ਤਾਂ ਕੋਈ ਦਿਨ ਵੀ ਚੰਗਾ ਨਹੀਂ। ਤੁਹਾਡੇ ਚਰਨਾਂ 'ਚ ਬੇਨਤੀ ਕਰਾਂ, ਰੱਬ ਵਿਸਰ ਗਿਆ ਤਾਂ ਬੁੱਧਵਾਰ ਕੋਈ ਚੰਗਾ ਨਹੀਂ, ਜੇ ਰੱਬ ਯਾਦ ਆ ਜਾਏ ਤਾਂ ਸ਼ਨਿਚਰਵਾਰ ਕੋਈ ਮਾੜਾ ਨਹੀਂ। ਸਵਾਲ ਇਹ ਹੈ ਕਿ ਜੇ ਭੁੱਲ ਜਾਈਏ, ਪਰਮਾਤਮਾ ਵਿਸਰ ਜਾਏ, ਫਿਰ ਭਾਵੇਂ ਹੋਵੇ ਬੁੱਧ ਅਤੇ ਭਾਵੇਂ ਹੋਵੇ ਮੰਗਲ, ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਵਿਲ ਲਾਏ। ਇਹ ਨਹੀਂ ਕਿਹਾ ਕਿ ਸ਼ਨਿਚਰਵਾਰ ਹੀ ਦੁੱਖ ਆਏਗਾ, ਤੂੰ ਭਾਵੇਂ ਸਿਮਰਨ ਵੀ ਕਰ ਤਾਂ ਵੀ ਆਏਗਾ। ਉਹਨਾਂ ਨੇ ਕਿਹਾ ਨਹੀਂ, ਇਹ ਦਾਤੇ ਦੇ ਹੱਥ ਵਿੱਚ ਦਾਤ ਹੈ, ਜਿਸ ਨੂੰ ਦੇ ਦਿੰਦਾ ਪੱਲੇ ਪੈਂਦੀ ਉਹਦੇ ਲਈ ਹਰ ਦਿਨ ਚੰਗਾ। ਜਿਸ ਦੇਵੈ ਤਿਸ ਪੱਲੇ ਪਾਏ, ਅਗਮ ਹੈ, ਅਗੋਚਰ ਹੈ। ਕਰਮ ਇੰਦਰੀ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰਾਂ ਲਖਿਆ ਨਾ ਜਾਏ। ਪਰਮਾਤਮਾ ਨੂੰ ਜਿਵੇਂ ਅਸੀਂ ਬੰਦਾ ਵੇਖ ਲੈਂਦੇ ਹਾਂ, ਬੰਦੇ ਨੂੰ ਸਮਝ ਲੈਂਦੇ ਹਾਂ, ਵਸਤੂਆਂ ਨੂੰ ਸਮਝ ਲੈਂਦੇ, ਇੰਝ ਨਹੀਂ ਸਮਝਿਆ ਜਾ ਸਕਦਾ। ਬੁੱਧ ਦਾ ਚਮਚਾ ਲੈ ਕੇ ਕਈ ਵਾਰ ਬੰਦਾ ਮਿਲਣ ਵਾਸਤੇ ਬੈਠ ਗਿਆ ਔਰ ਕਿਹਾ ਮੈਂ ਜਾਣ ਗਿਆ। ਰਾਜ ਕੁਦਰਤ ਨੇ ਇਨਸਾਨ ਸੇ ਛਿਪਾਏ ਤੋ ਬਹੁਤ, ਮਗਰ ਅਹਲੇ ਬਸੀਰਤ ਸੇ ਛਿਪਾਏ ਨਾ ਗਏ। ਰਾਜ ਲੁਕਾਏ ਪਰ ਅਸੀਂ ਲੱਭ ਲੈ। ਬੜਾ ਸੁੰਦਰ ਕਿਹਾ ਕਿ ਬੰਦੇ ਨੇ ਕਹਿ ਦਿੱਤਾ ਮੈਂ ਸਭ ਕੁਛ ਕਬਜ਼ੇ 'ਚ ਕਰ ਲਿਆ, ਮੈਂ ਹੀ ਹੁਣ ਰੱਬ ਹਾਂ। ਕਹਿਣ ਵਾਲਿਆਂ ਬਹੁਤ ਸਾਰਿਆਂ ਨੇ ਕਿਹਾ ਮੈਂ ਹੀ ਰੱਬ ਹਾਂ, ਮੈਂ ਹੀ ਸਭ ਕੁਛ ਕਰਾਂਗਾ, ਪਰ ਉਹ ਚਲੇ ਗਏ। ਉਹਨਾਂ ਦੇ ਨਾਮੋ ਨਿਸ਼ਾਨ ਨਹੀਂ, ਨਾ ਕਬਰੇ ਦਾਰਾ, ਨਾ ਗੋਰੇ ਸਿਕੰਦਰ। ਮਿਟੇ ਨਾਮੀਓ ਕੇ ਨਿਸ਼ਾਨ ਕੈਸੇ ਕੈਸੇ, ਨਾ ਆਂਖੋਂ ਮੈਂ ਆਂਸੂ, ਨਾ ਸੀਨੇ ਮੈਂ ਦਮ ਹੈ, ਜ਼ਮੀਂ ਖਾ ਗਈ ਆਸਮਾਂ ਕੈਸੇ ਕੈਸੇ। ਬਾਬਾ ਫਰੀਦ ਜੀ ਦਾ ਇੱਕ ਬਚਨ ਧਿਆਨ ਵਿੱਚ ਆਇਆ, ਕਹਿੰਦੇ ਨੇ ਇੱਕ ਦਿਨ ਮੈਂ ਗੱਲ ਸੁਣ ਰਿਹਾ ਸਾਂ, ਮਰੀਦਾਂ ਪੁੱਛਿਆ ਜੀ ਕਿਸ ਕਿਸ ਦੀ, ਕਿਸੇ ਬੰਦੇ ਦੀ। ਕਹਿਣ ਲੱਗੇ ਨਹੀਂ, ਜ਼ਮੀਨ ਅਤੇ ਆਸਮਾਨ ਆਪਸ ਵਿੱਚ ਗੱਲਾਂ ਕਰ ਰਹੇ ਸਨ। ਆਸਮਾਨ ਪੁੱਛਦਾ ਜ਼ਮੀਨ ਮੈਨੂੰ ਦੱਸ, ਮੇਰਾ ਸੂਰਜ ਤੇ ਚਮਕਦਾ ਪਿਆ ਜੇ ਵੀ, ਮੇਰਾ ਚੰਦ ਵੀ ਹੈ, ਤਾਰੇ ਵੀ ਹਨ, ਪਰ ਉਹ ਤੇਰੇ ਚੰਦ ਤਾਰੇ ਸੂਰਜ ਕਿੱਥੇ ਤੁਰ ਗਏ? ਵੱਡੇ ਵੱਡੇ ਮਲਾ ਜਿਹੜੇ ਕਹਿੰਦੇ ਸਨ ਅਸੀਂ ਸਾਰਾ ਚਲਾ ਰਹੇ ਹਾਂ, ਉਹ ਕਿੱਥੇ ਚਲੇ ਗਏ? ਉਹ ਬਚਨ ਹੈ, ਜ਼ਮੀਂ ਪੁੱਛੇ ਆਸਮਾਨ ਫਰੀਦਾ, ਖੇਵਟ ਕਿਨ ਗਏ। ਖੇਵਟ ਕਹਿੰਦੇ ਨੇ ਮਲਾਹ ਨੂੰ। ਜ਼ਮੀਂ ਪੁੱਛੇ ਆਸਮਾਨ ਫਰੀਦਾ, ਖੇਵਟ ਕਿਨ ਗਏ। ਜ਼ਮੀਨ ਨੇ ਜਵਾਬ ਦਿੱਤਾ ਜਲ ਅਨਗੋਰਾਂ ਨਾਲ, ਉਹਨਾਂ ਦੇ ਸ਼ਕਬਰ ਸਰੀਰ ਕਬਰ 'ਚ ਸੜ ਰਹੇ ਨੇ, ਅਤੇ ਉਲਾਂਭੇ ਜੀਸ ਆਏ।
ਜਿਹਦੇ ਉਲਾਂਭੇ ਸਹਾਰਾ ਹੀ ਹੈ ਕਿ ਜਾ ਕੇ ਤੁਸੀਂ ਆਪ ਰੱਬ ਬਣ ਕੇ ਬੈਠ ਗਏ, ਖੁਦਾ ਬਣ ਕੇ ਬੈਠ ਗਏ। ਬੰਦਾ ਰੱਬ ਤੋਂ ਘੱਟ ਤਾਂ ਬਣਦਾ ਨਹੀਂ ਹੈ, ਅਤੇ ਚਾਹੁੰਦਾ ਸਾਰੀ ਸ੍ਰਿਸ਼ਟੀ ਦੇ ਹੁਕਮ ਮੇਰਾ ਚੱਲੇ, ਰੱਬ ਵੀ ਮੇਰੀ ਮੰਨੇ। ਇੱਕ ਵਿਦਵਾਨ ਨੇ ਕਿਹਾ ਸੀ ਸਾਰੀ ਸ੍ਰਿਸ਼ਟੀ ਇਸ ਪਾਸੇ ਲੱਗੀ ਹੈ ਕਿ ਰੱਬਾ ਜੋ ਤੂੰ ਕਰਨਾ ਉਹ ਨਾ ਕਰੇ, ਜੋ ਅਸੀਂ ਕਹਿੰਦੇ ਉਹ ਕਰ। ਹੁਣ ਜੇ ਇੰਝ ਕਰ ਵੀ ਦੇਵੇ ਨਾ, ਮੇਰਾ ਖਿਆਲ ਹੈ ਰੱਬ ਵਿਚਾਰਾ ਕਰੇਗਾ ਕਿ ਇਹ ਹੁਣ ਇੱਕ ਟਾਈਮ 'ਤੇ ਅਸੀਂ ਜਿੰਨੇ ਬੈਠੇ ਸਾਡੀਆਂ ਸਾਰਿਆਂ ਦੀਆਂ ਕਾਮਨਾ ਇੱਕ ਨੇ। ਇੱਕ ਆਖੇਗਾ ਹੁਣ ਹੀ ਬੱਦਲ ਪਾ, ਦੂਸਰਾ ਅਰਦਾਸ ਕਰੇਗਾ ਬਿਲਕੁਲ ਨਾ ਪਾਈ ਮੇਰਾ ਨੁਕਸਾਨ ਹੋ ਜਾਏਗਾ। ਰੱਬ ਹੁਣ ਕਿਹਦੀ ਮੰਨੇ, ਇਹਦੀ ਮੰਨੇ ਕਿ ਉਹਦੀ ਮੰਨੇ? ਉਹ ਕਿਸੇ ਦੀ ਵੀ ਨਹੀਂ ਮੰਨਦਾ। ਵੀ ਉਹ ਪੂਛ ਨਾ ਮਸਲਤ ਧਰੈ, ਜੋ ਕੁਛ ਕਰੇ ਸੋ ਆਪੇ ਕਰੈ। ਇੱਕ ਬੰਦਾ ਹੋਰ ਮੰਗਦਾ ਪਿਆ, ਅਰਦਾਸ ਸਾਰੇ ਇੱਕ ਅੱਗੇ ਕਰਦੇ ਪਏ ਨੇ, ਜਿਸ ਦੀ ਤੂੰ ਭਾਵੈਂ ਤਿਸ ਦੀ ਤੂੰ ਮੰਨ ਲੈ, ਜਿਸ ਦੀ ਭਾਉਂਦੀ ਹੈ ਠੀਕ ਲੱਗਦੀ ਹੈ ਮੰਨਦਾ ਹੈ, ਸਰਬੱਤ ਦੀ ਭਲੇ ਵਾਲੀ ਮੰਨਦਾ। ਇਸੇ ਲਈ ਕਿਹਾ ਸਰਬੱਤ ਦੇ ਕਾਰਜ ਰਾਸ ਜਿਸ ਦੇ ਵਹਿ ਤਿਸ ਪੱਲੇ ਭਾਏ। ਕਿਹਾ ਅਗਮ ਅਗੋਚਰ ਲਿਖਿਆ ਨਾ ਜਾਏ, ਗੁਰ ਕੈ ਸ਼ਬਦ ਹਰ ਰਿਹਾ ਸਮਾਏ। ਗੁਰੂ ਦੇ ਸ਼ਬਦ ਦੁਆਰਾ ਪਤਾ ਲੱਗਦਾ ਪਰਮਾਤਮਾ ਸਾਰੇ ਸਮਾਇਆ ਹੋਇਆ। ਫਿਰ ਤਾਂ ਸੋਮਵਾਰ ਵਿੱਚ ਵੀ ਸਮਾਇਆ ਹੋਇਆ। ਸੋਮਵਾਰ ਕਿਹਾ ਚੰਦਰਮਾ ਦਾ ਵਾਰ ਹੈ, ਦੇਵਤਿਆਂ ਦਾ ਵਾਰ ਹੈ, ਗੁਰੂ ਸਾਹਿਬ ਕਹਿੰਦੇ ਨੇ ਰੱਬ ਦਾ ਵਾਰ ਹੈ। ਕਾਲ ਪੈਦਾ ਹੋਇਆ ਅਕਾਲ ਤੋਂ। ਆ ਇੱਕ ਦੋ ਪੰਕਤੀਆਂ ਪੜ੍ਹ ਕੇ ਸਮਾਪਤ ਕਰਾਂ। ਇਹ ਜਿੰਨੇ ਦੇਵਤੇ ਨੇ ਤੇ ਕਾਲ ਦੇ ਵਿੱਚੋਂ ਪੈਦਾ ਹੋਏ। ਤੁਸੀਂ ਰੋਜ਼ ਪੜ੍ਹਦੇ ਹੋ, ਪਾਠ ਕਰਦੇ ਹੋ, ਮੈਂ ਸਿਰਫ ਯਾਦ ਕਰਾ ਰਹੇ ਹਾਂ। ਕਾਲ ਪਾਏ ਬ੍ਰਹਮਾ ਬਪ ਧਰਾ, ਬਪ ਦਾ ਅਰਥ ਦੇ ਸਰੀਰ। ਇਹ ਜਿਹੜੇ ਸ਼ਬਦ ਹੈ ਨਾ ਬਾਪ ਕਹਿੰਦੇ ਆ, ਬਾਪ ਪਿਤਾ, ਬਾਪ ਤਾਂ ਹੈ ਕਿ ਇਸ ਕੋਲ ਬਪ ਮਿਲੇ ਆ, ਸਰੀਰ ਮਿਲੇ ਆ ਬਾਪ। ਕਾਲ ਪਾਏ ਬ੍ਰਹਮਾ ਬਪ ਧਰਾ, ਕਾਲ ਪਾਏ ਸ਼ਿਵਜੂ ਅਵਤਾਰਾ, ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ। ਇਹ ਹੈ ਕਿ ਇਹ ਸਕਲ ਕਾਲ ਕਾ ਕੀ ਆ ਤਮਾਸ਼ਾ, ਕਾਲ ਦਾ ਇਹ ਤਮਾਸ਼ਾ। ਕਾਲ ਹੀ ਪਾਏ ਭਇਓ ਭਗਵਾਨ, ਸੋ ਜਾਗਤ ਜਾਂ ਜਗ ਜਾਂ ਕੀ ਕਲਾ ਹੈ। ਕਾਲ ਹੀ ਪਾਏ ਭਇਓ ਬ੍ਰਹਮਾ ਸ਼ਿਵ, ਕਾਲ ਹੀ ਪਾਏ ਭਇਓ ਜੁਗੀਆ, ਕਾਲ ਹੀ ਪਾਏ ਜਛ ਗੰਧਰਵ, ਪਾਲ ਹੀ ਪਾਏ ਗੰਧਰਵ ਜਛ, ਕਾਲ ਹੀ ਪਾਏ ਦਿਸ਼ਾ ਬਿਦਿਸ਼ਾ ਹੈ। ਔਰ ਸਾ ਕਾਲ ਸਭੈ ਬਸ ਕਾਲ ਕੈ, ਏਕ ਹੀ ਕਾਲ ਅਕਾਲ ਸਦਾ ਹੈ। ਪਰਮਾਤਮਾ ਸਦਾ ਵਾਸਤੇ ਹੈ, ਇਹ ਉਸੇ ਤੋਂ ਹੈ ਸਮਾਂ। ਉਸੇ ਨੇ ਸੂਰਜ ਬਣਾਇਆ, ਸੂਰਜ ਕਰਕੇ ਅੱਗੋਂ ਰੁੱਤਾਂ ਬਣ ਗਈਆਂ, ਅਤੇ ਸੂਰਜ ਤੇ ਉਸਦੇ ਦਰ ਦਾ ਗੁਲਾਮ ਹੈ, ਸੂਰਜ ਤੇ ਉਸਦੇ ਦਰ ਦਾ ਗੋਲਾ। ਨਾ ਕੋਈ ਸੂਰਜ ਦਾ ਭਾਈ ਵਾਰ ਅਤੇ ਨਾ ਕੋਈ ਚੰਦਰਮਾ ਦਾ ਵਾਰ, ਇਹ ਵਾਰ ਨੇ ਪਰਮਾਤਮਾ ਦੇ। ਸਭ ਕੁਛ ਹੈ ਉਸ ਦਾ, ਕੋਈ ਵਾਰ ਹੋਵੇ ਸੋਈ ਦਿਨਸ ਸੁਹਾਵੜਾ। ਵੇਖੋ ਇਸ ਤੋਂ ਹੋਰ ਸਾਨੂੰ ਸਪਸ਼ਟ ਪ੍ਰਮਾਣ ਕੀ ਮਿਲੇਗਾ ਕਿ ਕਿਹੜਾ ਸ਼ਨਿਚਰ ਠੀਕ ਹੈ ਕਿ ਸੋਮ ਠੀਕ ਹੈ ਕਿ ਬੁੱਧ ਠੀਕ ਹੈ। ਬਾਣੀ ਸੁਣ ਲਓ, ਸੋਈ ਦਿਨਸ, ਭਾਵੇਂ ਕੋਈ ਵੀ ਹੋਵੇ, ਸੋਈ ਦਿਨਸ ਸੁਹਾਵੜਾ ਜਿੱਤ ਪ੍ਰਭ ਆਵੈ। ਚਿੱਤ ਜਿੱਤ ਦਿਨ ਵਿਸਰੇ ਪਾਰ ਬੰਮ, ਜਿਸ ਦਿਨ ਉਹ ਪੁਰ ਜਾਏ ਫਿੱਟ ਭਲੇਰੀ ਰੁੱਤ। ਕਹਿੰਦੇ ਨੇ ਭ੍ਰਿਸ਼ਟੀ ਹੋਈ, ਉਹ ਪ੍ਰਿਸ਼ਟੀ ਹੋਈ ਰੁੱਤ ਹੈ ਜਿਸ ਦਿਨ ਰੱਬ ਵਿਸਰ ਜਾ। ਰੱਬ ਵਿਸਰ ਜਾਏ ਤਾਂ ਬੁੱਧਵਾਰ ਵੀ ਚੰਗਾ ਨਹੀਂ, ਰੱਬ ਯਾਦ ਆ ਜਾਏ ਤਾਂ ਸ਼ਨਿਚਰ ਵੀ ਮਾੜਾ ਨਹੀਂ। ਇੱਥੇ ਕਿਹਾ ਸੋਮਵਾਰ ਸੱਚ ਵਿੱਚ ਲੀਨ ਹੋ ਜਾ, ਸੋਮਵਾਰ ਸਫਲ ਉਸਦਾ ਜਿਹੜਾ ਪਰਮਾਤਮਾ ਵਿੱਚ ਲੀਨ ਹੋ ਜਾਏ। ਗੁਰੂ ਸਾਹਿਬ ਕਹਿੰਦੇ ਨੇ ਪਰ ਲੀਨਤਾ ਦੀ ਦਾਤ, ਉਸ ਵਿੱਚ ਇੱਕ ਹੋ ਜਾਣਾ, ਉਸ ਵਿੱਚ ਰਚ ਜਾਣਾ, ਉਹਦੇ ਨਾਮ ਦਾ ਰਸ ਆ ਜਾਣਾ, ਇਹ ਆਪਣੀ ਗੱਲ ਨਹੀਂ। ਅਨੇਕਾਂ ਸੱਜਣਾਂ ਨੇ ਮੈਂ ਵੇਖਿਆ ਫੋਨ ਕਰਦੇ ਹੀ ਰੋ ਪੈਂਦੇ ਨੇ। ਪਹਿਲੇ ਬੜਾ ਆਨੰਦ ਆਉਂਦਾ ਸੀ, ਬੜੀਆਂ ਝਲਕਾਂ ਮਿਲੀਆਂ, ਹੁਣ ਨਹੀਂ। ਅਤੇ ਮੈਂ ਗੱਲ ਕਹਿੰਦਾ ਪਹਿਲੇ ਵੀ ਤੁਹਾਡੇ ਯਤਨ ਨਾਲ ਨਹੀਂ ਆਈਆਂ, ਹੁਣ ਵੀ ਨਹੀਂ। ਇਹ ਹੈ ਉਸ ਦੀ ਕਿਰਪਾ, ਅਰਦਾਸ ਵਿੱਚ ਰਹੋ। ਮਨ ਪਹਿਲੇ ਜੁੜਦਾ ਸੀ, ਹੁਣ ਨਹੀਂ। ਮੈਂ ਕਹਿੰਦਾ ਤੁਹਾਡੇ ਜੋੜਿਆਂ ਜੁੜਨਾ ਵੀ ਨਹੀਂ, ਉਸ ਦੇ ਅੱਗੇ ਹੋਏ ਨੇ ਮਾਣੇ ਢਹਿ ਪਏ, ਮਿਲਿਆ ਸਹਿਜ ਸੁਭਾਏ, ਪੂਰਬ ਲਿਖਿਆ ਪਾਇਆ ਨਾਨਕ ਸੰਤ ਸਹਾਏ। ਅੱਜ ਅਸੀਂ ਇਹ ਵਿਚਾਰ ਕੀਤੇ, ਸੋਮਵਾਰ ਹੀ ਸੀ,
ਕੋਈ ਵਹਿਮ ਭਰਮ ਨਾ ਪਾ ਦੇਵੇ। ਕਿਹਾ ਸੋਮਵਾਰ ਸੱਚ ਵਿੱਚ ਜੁੜ ਜਾ, ਪਰਮਾਤਮਾ ਵਿੱਚ ਜੁੜ ਜਾ। ਸੋਮਵਾਰ ਗੁਰੂ ਦੇ ਸ਼ਬਦ ਤੋਂ ਅੰਮ੍ਰਿਤ ਛੱਡਦਾ ਹੈ, ਉਸਦੇ ਗਿਆਨ ਤੋਂ। ਮਨ ਜਿਹੜਾ ਹੈ ਪੀਵੇ, ਮਨ ਛਕੇ ਤੇ ਮਸਤ ਹੋ ਜਾਏ। ਸਤਿਗੁਰੂ ਮਿਹਰਾਂ ਕਰੇ, ਵਿਚਾਰਾਂ ਸਾਡੇ ਹਿਰਦੇ ਵਿੱਚ ਵਸਣ, ਫੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ।